ਚੱਲਿਆ ਗੀਤ ਜਦੋਂ ਆਇਆ ਮੈਨੂੰ ਮੈਂ ਯਕੀਨ ਨਹੀਂ ਹੋ ਰਿਹਾ ਵੀ ਇਹਨੇ ਧੜੱਲੇ ਦਾ ਜਿਹੜੀ ਐਂਟਰੀ ਆ ਮੇਰੀ ਇੰਡਸਟਰੀ 'ਚ ਵੱਜੂਗੀ ਸੋ ਗੀਤ ਨੂੰ ਦੇਖ ਕੇ ਮਤਲਬ ਕਿ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ शहरो दर्जी कोलो सभावां बड़ियां रीजा लाला पावा तेरे नाल में मेले जावा सिर तो मैं चुन्नी ना लावा एने विच बन जाना टौर जट दा ले दे मैनू सूट जोर जट दा। देखो चंगी चीज नू व्यूज दी लोड़ नहीं हुंदी, मैनू ए लगदा चंगी चीज नू तां रिव्यू दी लोड़ हुंदी आ। ਕਹਿੰਦੇ ਨੇ ਕਿਸੇ ਟਾਈਮ ਅਸੀਂ ਗੱਲ ਸੁਣਦੇ ਹੁੰਦੇ ਸੀ ਤਾਂ ਵਿਆਹ ਹੁੰਦਾ ਸੀ, ਕਹਿੰਦੇ ਜਦੋਂ ਵਰੀਆਂ ਲੈਣ ਜਾਂਦੇ ਸੀ ਨਾ ਤਾਂ ਬੁੜੀਆਂ ਕਹਿੰਦੇ ਸੀ ਵੀ 5 ਵਰੀਆਂ ਜੋਰ ਜੱਟ ਦੀਆਂ ਬਾਕੀ ਜਿਹੜੀਆਂ ਮਰਜ਼ੀ। ਹੋ ਮਾਂ ਮਿਰਜ਼ੇ ਦੀ ਬੋਲਦੀ ਕਹਿੰਦੀ ਬੱਕੀ ਦੇ ਕੋਲੇ ਆਣ ਕਹਿੰਦੀ ਕਿੱਥੇ ਐਨੀ ਬੱਕੀਏ ਉਹ ਕਹਿੰਦੀ ਕਿੱਥੇ ਐਨੀ ਬੱਕੀਏ ਮੇਰਾ ਮਿਰਜ਼ਾ ਸ਼ੇਰ ਜਵਾਨ ਮੈਨੂੰ ਸੱਥਾਂ ਦਿਸਣ ਸੁਣੀਆਂ ਹੋ ਮੈਨੂੰ ਸੱਥਾਂ ਦਿਸਣ ਸੁਣੀਆਂ ਮੈਨੂੰ ਆਂਗਣ ਆਉਂਦਾ ਖਾਣ ਮੈਨੂੰ ਸੁਪਨੇ ਆਉਂਦੇ ਚੰਦਰੇ। ਤੇ ਮੈਨੂੰ ਇਹ ਲੱਗਦਾ ਵੀ ਕਲਾਕਾਰੀ ਤਾਂ ਜਿਹੜੀ ਅਸਲੀ ਉਹ ਤਾਂ ਪਿਆਰ ਪਾਉਂਦੀ ਹੈ, ਮਿਲਣਾ ਬਿਠਾਉਂਦੀ ਹੈ। ਕਦੋਂ ਕਿਤੇ ਕਹਾੜਾ ਲੱਗਦਾ ਉੱਥੇ ਥੋੜ੍ਹਾ ਨਾ ਹੁੰਦਾ ਵੀ ਭਾਈ ਇਹ ਵਰਗ ਬੈਠੂਗਾ ਇਹ ਵਰਗ ਨਹੀਂ ਬੈਠੂਗਾ। ਗੱਲ ਇਹ ਹਥਿਆਰ ਦੀ ਗੱਲ ਕਰਨਾ ਮਾੜੀ ਨਹੀਂ ਹੈ, ਮੈਨੂੰ ਲੱਗਦਾ ਜੋ ਕਿ ਹਥਿਆਰ ਦੀ ਗੱਲ ਕਰਨਾ ਕਿਤੇ ਮਾੜੀ ਨਹੀਂ ਹੈ, ਪਰ ਤੁਸੀਂ ਹਥਿਆਰ ਚੱਕਿਆ ਕਿਸ ਪਰਪਜ਼ ਲਈ ਹੈ? ਉਹ ਕਹਿੰਦੇ ਨਹੀਂ ਜਿੰਨੇ ਜਿੰਨੇ ਦੇ ਵਿੱਚ ਪੈਰੇ ਨੇ ਪਹਿਲੇ ਪਹਿਲੇ ਪੈਰੇ ਦੇ ਵਿੱਚ ਜੋਰ ਜੱਟ ਸੂਟ ਦੀ ਡਿਮਾਂਡ ਕਰੀ ਹੈ, ਦੂਜੇ 'ਚ ਟਿੱਕੇ ਦੀ ਕਰੀ ਹੈ, ਤੀਜੇ 'ਚ ਕਾਟਿਆਂ ਦੀ ਕਰੀ ਹੈ, ਕਹਿੰਦੇ ਉਹ ਵੀ ਆਪਾਂ ਦੇਣੀ ਹੈ। ਬਾਕੀ ਤਾਂ ਸਭ ਕੁਝ ਠੀਕ ਸੀ, ਐਂਡ ਵਾਲੇ ਸੀਨ ਤੇ ਨਾ ਹੱਗ ਦਾ ਸੀਨ ਸੀ ਉਹ ਮਾਡਲ ਜੀ ਨਾਲ, ਤੇ ਉਹ ਉਹ ਸੀਨ ਸਹੀ ਵੀ ਹੋ ਰਿਹਾ ਸੀ ਪਰ ਜਾਣ ਜਾਣ ਕੇ ਭਾਜੀ ਨੇ ਨਹੀਂ ਵਧੀਆ ਨਹੀਂ ਹੋਇਆ, ਨਹੀਂ ਇੱਕ ਵਾਰੀ ਹੋਰ ਵਧੀਆ ਨਹੀਂ ਹੋਇਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਮੈਂ ਹਾਂ ਮਨਦੀਪ ਕੌਰ ਸੰਧੂ। ਅਕਸਰ ਪੰਜਾਬੀ ਕੁੜੀਆਂ ਦੀ ਬੜੀ ਡਿਮਾਂਡ ਹੁੰਦੀ ਹੈ ਕਿ ਜਾਂ ਤਾਂ ਸਾਨੂੰ ਸਿਲਕ ਦੇ ਸੂਟ ਲੈ ਕੇ ਦਿਓ ਅਤੇ ਜਾਂ ਲੈ ਕੇ ਦਿਓ ਜੌਹਰ ਜੱਟ ਦੇ। ਬਿਲਕੁਲ ਜੀ, ਇਸੇ ਤਰ੍ਹਾਂ ਇੱਕ ਡਿਮਾਂਡ ਪਹੁੰਚੀ ਪ੍ਰਤੀਕ ਮਾਨ ਤੱਕ ਅਤੇ ਨਾਲ ਪਹੁੰਚੀ ਪਾਲ ਸਿੰਘ ਸਮਾਓ ਤੱਕ ਕਿ ਸਾਨੂੰ ਲੈ ਕੇ ਦਿਓ ਵੀ ਜੌਹਰ ਜੱਟ ਦੇ ਸੂਟ। ਹੁਣ ਇਹਨਾਂ ਨੇ ਜੌਹਰ ਜੱਟ ਦੇ ਸੂਟ ਲੈ ਕੇ ਦਿੱਤੇ ਜਾਂ ਨਹੀਂ ਲੈ ਕੇ ਦਿੱਤੇ, ਇਹ ਤਾਂ ਮੈਂ ਇਹਨਾਂ ਤੋਂ ਪੁੱਛਾਂਗੀ, ਕਿਉਂਕਿ ਸਾਡੇ ਵਿਹੜੇ ਅੱਜ ਪਹੁੰਚੇ ਹੋਏ ਨੇ ਦੋ ਮਹਾਨ ਸ਼ਖਸੀਅਤ। ਬਹੁਤ ਹੀ ਖੂਬਸੂਰਤ ਇਹਨਾਂ ਦਾ ਪਹਿਰਾਵਾ ਹੈ ਅਤੇ ਨਾਲ ਦੀ ਨਾਲ ਇਹਨਾਂ ਦੀਆਂ ਆਵਾਜ਼ਾਂ ਬੜੀਆਂ ਬਾਕਮਾਲ ਨੇ ਅਤੇ ਇਹ ਪੂਰੇ ਦੁਨੀਆਂ ਦੇ ਵਿੱਚ ਛਾਏ ਹੋਏ ਨੇ। ਸੋ ਜੌਹਰ ਜੱਟ ਦੇ ਸੂਟ ਲੈ ਕੇ ਦਿੰਦੇ ਜਾਂ ਨਹੀਂ ਲੈ ਕੇ ਦਿੰਦੇ ਤਾਂ ਇਹਨਾਂ ਤੋਂ ਹੁਣ ਪੁੱਛ ਹੀ ਲੈਂਦੇ ਹਾਂ। ਸੋ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲ ਤੁਹਾਡਾ ਸਵਾਗਤ ਹੈ ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਜਿੰਨੇ ਵੀ ਡੇਲੀ ਪੋਸਟ ਪੰਜਾਬੀ ਨੂੰ ਦੇਖ ਰਹੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਅਤੇ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੀ ਚੜ੍ਹਦੀ ਕਲਾ ਵਿੱਚ ਰਹੋ ਜੀ। ਜੀ, ਸੋ ਪ੍ਰਤੀਕ, ਸਭ ਤੋਂ ਪਹਿਲਾਂ ਕਿ ਇੱਕ ਗਾਣਾ ਆਇਆ ਤੁਸੀਂ ਵਿੱਚ ਮਾਡਲ ਦੇ ਵਜੋਂ ਕੰਮ ਕੀਤਾ ਅਤੇ ਨਾਲ ਪਾਲ ਸਿੰਘ ਸਮਾਓ ਹੁਣੇ, ਜੌਹਰ ਜੱਟ ਦਾ ਸੂਟ ਲੈ ਕੇ ਦਿੱਤਾ ਜਾਂ ਨਹੀਂ ਲੈ ਕੇ ਦਿੱਤਾ? ਨਹੀਂ, ਅਸੀਂ ਇਹ ਕੰਪੀਟੀਸ਼ਨ ਸ਼ੁਰੂ ਕਰਵਾਤਾ ਜੀ ਇੱਕ, ਤੇ ਉਹਦੀ ਜਿਹੜੀ ਜੱਜਮੈਂਟ ਉਹ ਸਾਡੇ ਬੜੇ ਸਤਿਕਾਰਯੋਗ ਮੈਮ ਡਾਕਟਰ ਪ੍ਰਭਸ਼ਨ ਕੌਰ ਜੀ ਜੋ ਸਾਡੇ ਗੁਰੂ ਮਾਂ ਨੇ, ਸੋ ਉਹਨਾਂ ਵੱਲੋਂ ਜੱਜਮੈਂਟ ਹੋਣੀ ਹੈ। ਸੋ ਜੋ ਵੀ ਉਹਨਾਂ ਦੇ ਵਿਨਰਸ ਹੋਣਗੇ ਫਸਟ ਸੈਕਿੰਡ ਐਂਡ ਥਰਡ, ਤੇ ਉਹਨਾਂ ਨੂੰ ਅਸੀਂ ਜੌਹਰ ਜੱਟ ਦੇ ਜਿਹੜੇ ਸੂਟ ਹੈ, ਇਹ ਕੋਈ ਮਤਲਬ ਇਹ ਨਹੀਂ ਕਿ ਮੁਕਾਬਲਾ, ਇਹ ਬਸ ਇੱਕ ਇਹ ਹੈ ਕਿ ਇੱਕ ਜ਼ਰੀਆ ਬਣ ਗਿਆ, ਗੀਤ ਵੀ ਬਣ ਗਿਆ ਜੌਹਰ ਜੱਟ ਦਾ ਸੂਟ ਵੀ, ਤੇ ਇੱਕ ਜ਼ਰੀਆ ਬਣ ਗਿਆ ਕਿ ਪੁਰਾਣੇ ਗਿੱਧੇ ਨਾਲ ਤੇ ਸਾਡੇ ਉਸ ਲੋਕ ਨਾਚਾਂ ਨਾਲ ਜੁੜਿਆ ਸਕੇ, ਤੇ ਅਸੀਂ ਉਹਨਾਂ ਨੂੰ ਫਿਰ ਜਿਹੜੇ ਵਿਨਰਸ ਹੋਣਗੇ ਉਹਨਾਂ ਨੂੰ ਜੌਹਰ ਜੱਟ ਦੇ ਸੂਟ ਦੇਵਾਂਗੇ, ਪਰ ਵੀਡੀਓ 'ਚ ਮੈਂ ਦੇ ਚੁੱਕੇ ਜੀ ਪਹਿਲਾਂ ਹੀ ਆਲਰੇਡੀ। ਵੀਡੀਓ 'ਚ ਅਸੀਂ ਦੇਖ ਲਿਆ ਸੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ, ਹਾਲਾਂਕਿ ਤੁਸੀਂ ਪਾਲ ਸਿੰਘ ਹੋਣਾ ਦਾ ਇਹ ਜਿਹੜਾ ਗੀਤ ਹੈ ਸੋਹਣੀ ਲਿਆ ਹੋਏਗਾ, ਕਿਉਂਕਿ ਜਿਹੜਾ ਗੀਤ ਹੈ ਜੀ ਜੌਹਰ ਜੱਟ। ਸੋ ਪਾਲ ਸਿੰਘ, ਤੁਹਾਡਾ ਪਹਿਲਾ ਗੀਤ ਹੈ ਪਹਿਲਾਂ, ਕਿਉਂਕਿ ਤੁਸੀਂ ਆਮ ਤੌਰ 'ਤੇ ਬੋਲੀਆਂ ਜਾਂ ਤੀਆਂ ਦੇ ਮੇਲਿਆਂ 'ਚ ਤਾਂ ਰੌਣਕਾਂ ਲਾਉਂਦੇ ਹੀ ਸੀਗੇ, ਹੁਣ ਗੱਲ ਕਰ ਲੈਂਦੇ ਹਾਂ ਤੁਹਾਡੇ ਗੀਤ ਦੀ। ਪਹਿਲਾ ਗੀਤ ਆ ਰਿਹਾ, ਕਿੱਦਾਂ ਇਹਦਾ ਹੁੰਗਾਰਾ ਮਿਲਿਆ ਗੀਤ ਨੂੰ? ਸਭ ਤੋਂ ਪਹਿਲਾਂ ਤਾਂ ਮਤਲਬ ਕਿ ਵੀ ਮੈਂ ਦਿਲ ਦੀਆਂ ਗਹਿਰਾਈਆਂ ਵਿੱਚ ਸ਼ੁਕਰਾਨਾ ਕਰਦਾ ਮੇਰੇ ਬੜੇ ਸਤਿਕਾਰਯੋਗ ਪੰਜਾਬ ਦੀ ਬੜੀ ਮਹਾਨ ਸ਼ਖਸੀਅਤ, ਉਹ ਪ੍ਰਸਿੱਧ ਗੀਤਕਾਰ ਸੁਖਪਾਲ ਔਜਲਾ ਜੀ, ਜਿਹਨਾਂ ਦੀ ਕਲਮਣੇ ਮਨਮੋਹਨ ਬਾਰਸ ਹੋ ਰਹੀ ਹੈ ਨਾ, ਪਾਕਿਸਤਾਨ ਰਹਿੰਦੇ ਪੰਜਾਬ ਦੇ ਬਹੁਤ ਵੱਡੇ ਵੱਡੇ ਫਨਕਾਰਾਂ ਨੂੰ ਆਪਣੇ ਉਸ ਕਲਮ ਦੇ ਬੋਲ ਗਾਏ ਨੇ ਜਿਹਨਾਂ ਨੇ, ਅਤੇ ਮੈਂ ਤਾਂ ਕਦੇ ਸੋਚਿਆ ਤੱਕ ਨਹੀਂ ਸੀ ਮੈਂ ਗਾਇਕ ਬਣੂੰਗਾ ਜਾਂ ਇਸ ਖੇਤਰ ਦੇ ਵਿੱਚ ਆਵਾਂਗਾ, ਮੈਂ ਤਾਂ ਇੱਕ ਬੇਰੰਗ ਸੀਗਾ। ਪਰ ਸੁਖਪਾਲ ਔਜਲਾ ਜੀ ਦੀ ਮੈਨੂੰ ਲੱਗਦਾ ਨਜ਼ਰ ਪਈ ਤਾਂ ਉਹਨਾਂ ਨੇ ਇੱਕ ਬੇਰੰਗ ਨੂੰ ਰੰਗ ਵਿੱਚ ਤਬਦੀਲ ਕਰਤਾ, ਅਤੇ ਮੈਨੂੰ ਲੱਗਦਾ ਵੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਜਾਂ ਮੈਂ ਕਿੱਦਾਂ ਉਹਨਾਂ ਦਾ ਸ਼ੁਕਰਾਨਾ ਕਰਾਂ ਕਿ ਮੈਨੂੰ ਇੰਨਾ ਅੱਛਾ ਪਲੇਟਫਾਰਮ ਦਿੱਤਾ। ਪਹਿਲਾਂ ਜਿੱਦਾਂ ਮੈਂ ਐਜ ਏ ਕੋਚ ਐਜ ਏ ਰਿਸਰਚਰ ਤਾਂ ਕੰਮ ਕਰ ਹੀ ਰਹੇ ਸੀ ਆਪਾਂ, ਹੈ ਨਾ, ਪਰ ਮੈਂ ਕਦੇ ਕਲਪਨਾ ਵੀ ਨਹੀਂ ਕਰੀ ਸੀ ਮੈਂ ਇਸ ਗਾਇਕੀ ਦੇ ਵਿੱਚ ਆਵਾਂਗਾ। ਚਲੋ ਗਾਇਕੀ ਦੇ ਵਿੱਚ ਆਉਣ ਦੀ ਗੱਲ ਵੀ ਦੂਰ ਰਹੀ,
ਪਰ ਜਦੋਂ ਗਾਣਾ ਹੀ ਆਇਆ ਮੇਰੇ ਨਾਲ ਗੁਰਲੇਜ਼ ਅਖਤਰ ਜਿਹੜੀ ਬੜੀ ਪੰਜਾਬ ਦੀ ਬੁਲੰਦ ਆਵਾਜ਼ ਹੈ ਨਾ ਉਹਨਾਂ ਨੇ ਮੇਰੇ ਨਾਲ ਗਾਇਆ ਅਤੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਮਿਊਜ਼ਿਕ ਅੰਪੀਅਰ ਪਾਲ ਸਿੱਧੂ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਆ ਇੰਡਸਟਰੀ 'ਚ ਉਹਦੇ ਨਾਲ ਫੋਕਲੋਰ ਦੇ ਵੀਡੀਓ ਕਰ ਰਹੇ ਨੇ ਜਿਹੜੇ ਸਟਲਨਵੀਰ ਜੀ ਦਾ ਫੋਕਲੋਰ ਦੇ ਵਿੱਚ ਬਹੁਤ ਵੱਡਾ ਨਾਮ ਆ ਸੋ ਵੱਡੀਆਂ ਵੱਡੀਆਂ ਮਹਾਨ ਸ਼ਖਸੀਅਤਾਂ ਨੇ ਜਦੋਂ ਇਹ ਪ੍ਰੋਜੈਕਟ ਦੇ ਵਿੱਚ ਕੰਮ ਕਰਿਆ ਅਤੇ ਮੈਂ ਹੈਰਾਨ ਸੀ ਵੀ ਮੇਰਾ ਪਹਿਲਾ ਸਟੈਪ ਸੀ ਉਹ ਐਡੀ ਅੱਛੀ ਚੈਨ ਅਤੇ ਜਿਹੜਾ ਇੱਕ ਗੀਤ ਰਿਲੀਜ਼ ਹੋਇਆ ਅਮੈਰੀਕਾ ਵੱਲੋਂ ਟੋਟਲ ਇੰਟਰਟੇਨਮੈਂਟ ਕੰਪਨੀ ਉਹਦੇ ਬੜੇ ਸਤਿਕਾਰਯੋਗ ਜਿਹੜੇ ਭਾਜੀ ਨੇਗੇ ਅਵਤਾਰ ਲਾਖਾ ਜੀ ਉਹ ਬੜੇ ਅੱਛੇ ਲੈਵਲ ਦੇ ਉੱਤੇ ਚੱਲਿਆ ਗੀਤ ਜਦੋਂ ਆਇਆ ਮੈਨੂੰ ਮੈਂ ਯਕੀਨ ਨਹੀਂ ਹੋ ਰਿਹਾ ਵੀ ਇਹਨੇ ਧੜੱਲੇਦਾਰ ਜਿਹੜੀ ਐਂਟਰੀ ਆ ਮੇਰੀ ਇੰਡਸਟਰੀ 'ਚ ਵੱਜੂਗੀ ਸੋ ਗੀਤ ਨੂੰ ਦੇਖ ਕੇ ਮਤਲਬ ਕਿ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਅਤੇ ਬਹੁਤ ਖੁਸ਼ੀ ਵੀ ਹੋ ਰਹੀ ਆ ਵੀ ਪਹਿਲਾ ਸੌਂਗ ਸੀ ਉਹ ਮਤਲਬ ਕਿ ਵੀ ਜ਼ਿਆਦਾਤਰ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਬਜ਼ੁਰਗ ਔਰਤਾਂ ਕੁੜੀਆਂ ਚਿੜੀਆਂ ਸਾਰੀਆਂ ਨੂੰ ਬਹੁਤ ਜ਼ਿਆਦਾ ਮੁਹੱਬਤ ਦੇ ਰਹੀਆਂ ਨੇ ਮੇਰੇ ਕੋਲ ਬਕਾਇਦਾ ਵੀਡੀਓ ਬਣ ਆ ਰਹੀਆਂ ਨੇਗੀਆਂ ਪੂਰੇ ਆਲ ਪੰਜਾਬ ਚੋਂ ਕੈਨੇਡਾ ਅਮੈਰੀਕਾ ਦੇ ਜੀ ਹਾਲਾਂਕਿ ਟਿਕਟੋਕ ਬੰਦ ਹੋ ਗਿਆ ਜੇ ਟਿਕਟੋਕ ਚੱਲਦਾ ਹੁੰਦਾ ਤਾਂ ਮੈਂ ਕਹਿੰਦੀ ਉਸ ਤੋਂ ਵੀ ਜ਼ਿਆਦਾ ਧੂੜਾਂ ਪੜ ਦਿੰਦੇ ਸੀ ਹਾਲਾਂਕਿ ਵੈਸੇ ਵੀ ਬਹੁਤ ਸਾਰੀਆਂ ਐਪਸ ਨੇ ਜਿਹੜੀਆਂ ਕੁੜੀਆਂ ਜਾਂ ਮੁੰਡੇ ਆ ਸਾਡਾ ਅੱਜ ਦਾ ਨੌਜਵਾਨ ਵਰਗ ਯੂਜ਼ ਕਰਦਾ ਹੈ ਤਾਂ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਵੀ ਨੇ ਕਿ ਹਾਂਜੀ ਬਜ਼ੁਰਗ ਔਰਤਾਂ ਦੀ ਗੱਲ ਕਰ ਲਈ ਤਾਂ ਉਹਨਾਂ ਦਾ ਵੀ ਬਹੁਤ ਸਾਰੇ ਜਿਹੜਾ ਤੁਹਾਨੂੰ ਪਿਆਰ ਉਹਨਾਂ ਵੱਲੋਂ ਵੀ ਮਿਲ ਰਿਹਾ ਹੈਗਾ ਜੋਟ ਜੱਟ ਸੂਟ ਨੂੰ ਲੈ ਕੇ ਦੇਖੋ ਇਹ ਇੱਕ ਨਵੀਂ ਚੀਜ਼ ਸਾਨੂੰ ਇਹ ਦੇਖਣ ਨੂੰ ਮਿਲੀ ਗੀਤ ਦੇ ਬਹਾਨੇ ਉਹ ਪਰਿਵਾਰ ਦੇ ਵਿੱਚ ਪਰਿਵਾਰ ਇਕੱਠੇ ਹੁੰਦੇ ਵੇਖੇ ਅਸੀਂ ਕਿੱਦਾਂ ਇਕੱਠੀਆਂ ਹੋ ਕੇ ਔਰਤਾਂ ਉਹ ਗੀਤ ਸੁਣ ਰਹੀਆਂ ਨੇ ਹੈ ਨਾ ਟੀ ਵੀ ਚੈਨਲ 'ਤੇ ਚੱਲ ਰਿਹਾ ਸਾਰੇ ਕਿਤੇ ਜੋ ਵੀ ਹੈ ਉਹ ਬਜ਼ੁਰਗ ਔਰਤਾਂ ਫੋਨ ਫੜ ਫੜ ਕੇ ਉਹ ਗੀਤ ਨੂੰ ਸੁਣ ਰਹੀਆਂ ਨੇ ਅਤੇ ਬੜਾ ਵਧੀਆ ਸਾਨੂੰ ਲੱਗਿਆ ਵੀ ਇੱਕ ਗੀਤ ਦੇ ਜ਼ਰੀਏ ਅਸੀਂ ਉਹ ਬਜ਼ੁਰਗ ਔਰਤਾਂ ਦੇ ਚਿਹਰੇ 'ਤੇ ਰੌਣਕ ਲੈ ਕੇ ਆਉਂਦੀ ਅਸੀਂ ਉਹ ਕੁੜੀਆਂ ਨੂੰ ਕਾਫੀ ਚਿਰ ਦੀ ਜਿਹੜੀ ਡਿਮਾਂਡ ਸੀਗੀ ਹੈ ਨਾ ਉਹ ਅਸੀਂ ਪੂਰੀ ਕਰੀ ਅਤੇ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਸਕੂਨ ਮਿਲ ਰਿਹਾ ਸਾਨੂੰ ਵੀ ਅਸੀਂ ਜੋ ਇਹ ਔਰਤ ਵਰਗ ਸੀ ਹੈ ਨਾ ਇਹਨਾਂ ਦੀ ਪਸੰਦੀ ਦੀ ਕੋਈ ਚੀਜ਼ ਆ ਨਹੀਂ ਰਹੀ ਸੀ ਉਹ ਉਦਾਸ ਹੋ ਜਾਂਦੇ ਸੀ ਨਾ ਕਿਉਂਕਿ ਦੌਰ ਹੀ ਇੱਦਾਂ ਦਾ ਚੱਲ ਰਿਹਾ ਪਰ ਇਸ ਗੀਤ ਨੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਵੱਧ ਜਿਹੜੀ ਰੌਣਕ ਹੈਗੀ ਉਹ ਸਾਡੀਆਂ ਔਰਤ ਵਰਗ ਦੇ ਵਿੱਚ ਬਜ਼ੁਰਗ ਔਰਤਾਂ ਹੈ ਨਾ ਜਿਨ੍ਹਾਂ ਦੇ ਸਮੇਂ ਦਾ ਇਹ ਬ੍ਰਾਂਡ ਹੈ ਕਹਿੰਦੇ ਨੇ ਕਿਸੇ ਟਾਈਮ ਅਸੀਂ ਗੱਲ ਸੁਣਦੇ ਹੁੰਦੇ ਸੀ ਜਦੋਂ ਵਿਆਹ ਹੁੰਦਾ ਸੀ ਕਹਿੰਦੇ ਜਦੋਂ ਬਰੀਆਂ ਲੈਣ ਜਾਂਦੇ ਸੀ ਨਾ ਤਾਂ ਬੁੜੀਆਂ ਕਹਿੰਦੇ ਸੀ ਵੀ 5 ਵਰੀਆਂ ਜੋਰ ਜੱਟ ਦੀਆਂ ਬਾਕੀ ਜਿਹੜੀਆਂ ਮਰਜ਼ੀ ਲੈ ਕੀ ਬਾਤ ਹੈ ਹਾਂ ਬਿਲਕੁਲ ਇਹ ਗੱਲਾਂ ਅਸੀਂ ਸੁਣਦੇ ਸੀਗੇ ਕਿ ਜਿੰਨੇ ਤੱਕ ਮੇਰੇ ਜ਼ਿਆਦਾ 1998 ਤੋਂ ਲੈ ਕੇ ਹੈ ਨਾ 2004-05 ਤੱਕ ਇਹ ਦੌਰ ਬੜਾ ਚੱਲਿਆ ਉਦੋਂ ਅਸੀਂ ਆਪ ਦੇਖਿਆ ਵੀ ਜੋਰ ਜੱਟ ਦੇ ਸੂਟ ਪਾਉਣੇ ਹੈ ਨਾ ਤੇ ਬਹੁਤ ਜ਼ਿਆਦਾ ਸੀ ਤਾਂ ਉਹ ਦੁਬਾਰਾ ਜਿਹੜਾ ਇਹ ਚੀਜ਼ ਉਹਨਾਂ ਦੇ ਚੇਤੇ ਹੈਗੇ ਉਹਨਾਂ ਦਾ ਆਪਣਾ ਸਮਾਂ ਚੇਤੇ ਹੈਗਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਇਸ ਚੀਜ਼ ਦੀ ਮੈਂ ਤਾਂ ਸੁਖਪਾਲ ਔਜਲਾ ਜੀ ਦਾ ਧੰਨਵਾਦ ਕਰਦਾ ਨਹੀਂ ਥੱਕਦਾ ਵੀ ਜਿਨ੍ਹਾਂ ਨੇ ਮੈਨੂੰ ਲੱਗਦਾ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਇਸ ਲਾਈਨ ਦੇ ਵਿੱਚ ਖੜਾ ਕਰਤਾ ਅਤੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਮੈਂ ਨਾ ਸ਼ੁਕਰਾਨਾ ਕਰਦਾ ਅਤੇ ਸਾਡੀ ਡਾਕਟਰ ਮਾਂ ਡਾਕਟਰ ਪ੍ਰਭਸ਼ਰਨ ਕੌਰ ਸਿੱਧੂ ਜਿਨ੍ਹਾਂ ਦੀ ਹੱਲਾਸ਼ੇਰੀ ਨਾਲ ਅਸੀਂ ਮੈਂ ਇਸ ਮੁਕਾਮ 'ਤੇ ਹਾਂ ਸੋ ਪ੍ਰਤੀਕ ਜਿਸ ਤਰ੍ਹਾਂ ਤੁਸੀਂ ਪਹਿਲਾਂ ਐਂਟਰੀ ਕੀਤੀ ਆਪਣੇ ਗਾਣਿਆਂ ਦੇ ਜ਼ਰੀਏ ਸਾਰਿਆਂ ਦਿਨਾਂ 'ਤੇ ਕਈ ਵਾਰੀ ਆਪਣੀ ਛਾਪ ਛੱਡ ਦਿੱਤੀ ਕਿ ਮੈਂ ਬਹੁਤ ਸਾਰੇ ਤੁਹਾਡੇ ਗਾਣੇ ਆਏ ਆ ਦਿਲ ਦੀਆਂ ਕਾਪੀਆਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਪੁੱਤ ਸਾਡੇ ਸੋ ਬਹੁਤ ਵਧੀਆ ਹੋਰ ਵੀ ਗੀਤ ਅਸੀਂ ਸੁਣ ਚੁੱਕੇ ਹਾਂ ਪਰ ਤੁਸੀਂ ਇਸ ਗਾਣੇ ਵਿੱਚ ਇੱਕ ਮਾਡਲ ਦੇ ਵਜੋਂ ਵੀ ਉੱਭਰ ਕੇ ਸਾਹਮਣੇ ਹੋ ਕੀ ਲੱਗਦਾ ਸੀ ਕਿ ਮੈਂ ਇਹ ਭੂਮਿਕਾ ਨੂੰ ਅਦਾ ਕਰ ਪਾਵਾਂਗਾ ਕਿ ਮੈਂ ਹੁਣ ਐਜ਼ ਏ ਮਾਡਲ ਵਜੋਂ ਵੀ ਆਉਣਾ ਆ ਨਹੀਂ ਗੱਲ ਇਹ ਸੀਗੀ ਕਿ ਜਦੋਂ ਮੇਰੇ ਆਪਣੇ ਗਾਣੇ ਆਏ ਸੀ ਅਤੇ ਉਹਦਾ ਸ਼ੂਟ ਹੋਇਆ ਸੀ ਉਹਦੇ 'ਚ ਮੈਂ ਕੰਮ ਕਰ ਚੁੱਕਿਆ ਸੀ ਹੈ ਨਾ ਪਰ ਉਹਦੀ ਜਿਹੜੀ ਮੇਰੀ ਲੁੱਕ ਸੀ ਜਾਂ ਉਹਦੇ 'ਚ ਜਿਹੜਾ ਕਿਰਦਾਰ ਸੀ ਉਹ ਥੋੜ੍ਹਾ ਜਿਹਾ ਵੈਸਟਰਨ ਸੀ ਅਤੇ ਹੁਣ ਭੰਗੜੇ ਨਾਲ ਜੁੜੇ ਹੋਣ ਕਰਕੇ ਪੰਜਾਬੀਅਤ ਨਾਲ ਜੁੜੇ ਹੋਣ ਕਰਕੇ ਮੇਰੇ ਅੰਦਰ ਵੀ ਸੀਗਾ ਕਿ ਯਾਰ ਪੰਜਾਬੀ ਲੁੱਕ ਦੇ ਵਿੱਚ ਪੰਜਾਬੀ ਫੋਕ ਦੇ ਉੱਤੇ ਵੀ ਕੰਮ ਕੀਤਾ ਜਾਵੇ ਸੋ ਕਹਿ ਲਓ ਵੀ ਉਹ ਦਿਲ ਦੀ ਇੱਛਾ ਸੀ ਚੋਰ ਨਾਲੋਂ ਪੰਡ ਕਾਲੀ ਸੋ ਜਦੋਂ ਬਾਈ ਜੀ ਉਹਨਾਂ ਨੇ ਗਾਣਾ ਸੁਣਾਇਆ ਤੇ ਮੈਨੂੰ ਕਿਹਾ ਫੋਨ ਕਰਕੇ ਦੱਸਿਆ ਵੀ ਤੂੰ ਇਹਦੇ 'ਚ ਮਾਡਲਿੰਗ ਕਰਨੀ ਤੇ ਮੈਨੂੰ ਤਾਂ ਚਾਹ ਚੜ ਗਿਆ ਵੀ ਮੈਂ ਤਾਂ ਜਿਹੜੀ ਚੀਜ਼ ਚਾਹੁੰਦਾ ਸੀ ਉਹ ਮੱਲੋ ਮੱਲੀ ਮੇਰੇ ਕੋਲੇ ਆ ਗਈ ਵੀ ਪਿਆਸੇ ਕੋਲੇ ਖੂਹ ਆ ਗਿਆ ਗੱਲ ਇਹ ਕਹਿ ਲਓ ਬਸ ਤੇ ਫਿਰ ਵਧੀਆ ਲੱਗਿਆ ਜੀ ਕੰਮ ਕਰਕੇ ਤੇ ਜਦੋਂ ਨਾਮ ਸੁਣਿਆ ਸਟਾਲਨ ਬਾਈ ਦਾ ਕਿ ਉਹਨਾਂ ਨੇ ਵੀਡੀਓ ਕਰਨੀ ਸੋ ਕਹਿੰਦੇ ਹੁੰਦੇ ਵੀ ਹਰ ਇੱਕ ਬੰਦੇ ਦਾ ਇੱਕ ਜੋਨਰ ਹੁੰਦਾ ਸੋ ਆਪਣੇ ਜੋਨਰ 'ਚ ਬੜੇ ਪ੍ਰਪੱਖ ਨੇ ਉਹ ਉਹਨਾਂ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਕਿ ਫੋਕਲੋਰ 'ਚ ਕੋਈ ਕੰਮ ਕਰ ਸਕਦਾ ਅਤੇ ਹੋਰ ਚਾਹ ਚੜ ਗਿਆ ਵੀ ਚਲੋ ਵਧੀਆ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੋ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਜੀ ਬਿਲਕੁਲ ਜੀ ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ ਅਕਸਰ ਅਸੀਂ ਡਿਮਾਂਡ ਕਰਦੇ ਹੁੰਦੇ ਹਾਂ ਕਿ ਸਾਨੂੰ ਚੰਗੇ ਗੀਤ ਨਹੀਂ ਸੁਣਨ ਨੂੰ ਮਿਲ ਰਿਹਾ ਮਾਰ ਧਾੜ ਵਾਲੇ ਜਾਂ ਹਥਿਆਰਾਂ ਵਾਲੇ ਜਿਹੜੇ ਗਾਣੇ ਨੇ ਉਹ ਪ੍ਰਮੋਟ ਕੀਤੇ ਜਾ ਰਹੇ ਨੇ ਪਰ ਇਸੇ ਹੀ ਦੌਰਾਨ ਸਾਡੇ ਇਸੇ ਹੀ ਗਾਇਕਾਂ ਦੇ ਵਿਵਾਦ ਵਿੱਚ ਕਿ ਅਜਿਹਾ ਗੀਤ ਜਿਹੜਾ ਰਿਲੀਜ਼ ਹੁੰਦਾ ਜੋ ਕੁੜੀਆਂ ਚਿੜੀਆਂ ਦੇ ਚਿਹਰਿਆਂ 'ਤੇ ਜਿੱਥੇ ਰੌਣਕ ਲੈ ਕੇ ਆਉਂਦਾ ਉੱਥੇ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਪਹਿਰਾਵੇ ਨੂੰ ਵੀ ਜਿਹੜਾ ਪ੍ਰਮੋਟ ਕਰਦਾ ਹੈ ਕਿ ਤੁਹਾਡਾ ਫਰਜ਼ ਬਣਿਆ ਕਿ ਤੁਸੀਂ ਕਿੰਨਾ ਕੁ ਪ੍ਰਮੋਟ ਕੀਤਾ ਇਹ ਤਾਂ ਤੁਹਾਡੇ 'ਤੇ ਅਸੀਂ ਛੱਡਾਂਗੇ ਕਿਉਂਕਿ ਇਸ ਗਾਣੇ ਨੂੰ ਕਿੰਨੇ ਕੁ ਤੁਸੀਂ ਵਿਊਜ਼ ਦੇਣੇ ਆ ਕਿੰਨਾ ਹੁੰਗਾਰਾ ਦੇਣਾ ਕਿੰਨਾ ਸ਼ੇਅਰ ਕਰਨਾ ਇਸ ਇੰਟਰਵਿਊ ਨੂੰ ਕਿੰਨਾ ਸ਼ੇਅਰ ਕਰਨਾ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਗੱਲ ਕਰ ਲੈਣੀ ਕਿ ਜਦੋਂ ਤੁਸੀਂ ਜੋਟ ਜੱਟ ਗੀਤ ਆ ਗਿਆ ਰਿਲੀਜ਼ ਹੋ ਗਿਆ ਬਹੁਤ ਸਾਰੇ ਜਿਹੜੀਆਂ ਵੀਡੀਓਜ਼ ਬਣੀਆਂ ਸ਼ੁਰੂ ਵੀ ਹੋ ਗਈਆਂ
ਉਹ ਕਿੰਨੇ ਦਿਨਾਂ ਦੇ ਵਿੱਚ ਕੀ ਪੀਰੀਅਡ ਹੋਏਗਾ ਕਿ ਇੰਨੇ ਦਿਨਾਂ 'ਚ ਉਹਨਾਂ ਨੂੰ ਸੂਟ ਦਿੱਤਾ ਜਾਵੇਗਾ? ਦੇਖੋ ਜਦੋਂ ਸਾਡੇ ਕੋਲ ਧੜਾ ਧੜ ਵੀਡੀਓ ਆਈਆਂ ਨਾ ਕੈਨੇਡਾ ਅਮੈਰੀਕਾ ਤੋਂ ਆਸਟ੍ਰੇਲੀਆ ਤੋਂ ਔਰ ਪੰਜਾਬ ਦੇ ਵਿੱਚੋਂ ਆਈਆਂ ਹਨਾ, ਤਾਂ ਅਸੀਂ ਸੋਚਣ ਲਈ ਮਜਬੂਰ ਹੋ ਗਏ। ਇੱਥੋਂ ਤੱਕ ਕਿ ਮੇਰੇ ਫੋਨ ਦੀ ਤਾਂ ਮੈਮਰੀ ਫੁੱਲ ਹੋ ਜਾਂਦੀ ਸੀ, ਮੈਂ ਕੀ ਡਿਲੀਟ ਕਰਾਂ, ਕਿਉਂਕਿ ਇੰਨੇ ਸਤਿਕਾਰ ਨਾਲ ਭੇਜਿਆ ਹੋਈਆਂ ਚੀਜ਼ਾਂ ਨੇ ਹਨਾ। ਅਤੇ ਮੈਂ ਬੜਾ ਸੋਚ ਰਿਹਾ ਸੀ, ਮੈਂ ਗੱਲ ਕਰੀ ਸੁਖਪਾਲ ਔਜਲਾ ਭਾਜੀ ਨਾਲ, ਉਹਨਾਂ ਨਾਲ ਵੀ ਗੱਲ ਕਰੀ, ਸਾਡੀ ਕੰਪਨੀ ਨਾਲ ਗੱਲ ਕਰੀ, ਅਤੇ ਮੈਡਮ ਨਾਲ ਡਾਕਟਰ ਪ੍ਰਭਸ਼ਾਨ ਹੋਰਾਂ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਂਦਾ। ਸਾਡੇ ਕੋਲ ਇੰਨਾ ਕੁ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੀਗੀਆਂ ਕੁੜੀਆਂ ਦੀਆਂ ਵੀਡੀਓ ਆਈਆਂ, ਫਿਰ ਅਸੀਂ ਸੋਚਿਆ ਵੀ ਨਹੀਂ, ਆਪਾਂ ਇਸ ਨੂੰ ਬੱਚਿਆਂ ਨੂੰ ਮਾਣ ਸਨਮਾਨ ਦੇਣਾ ਚਾਹੀਦਾ ਹਨਾ, ਵੀ ਜੋ ਇੰਨਾ ਪਿਆਰ ਸਾਨੂੰ ਦੇ ਰਹੇ ਆ ਅਤੇ ਮਾਣ ਸਨ। ਫਿਰ ਅਸੀਂ ਉਹਦੇ ਵਿੱਚ ਇੱਥੋਂ ਤੱਕ ਕਿ ਬੱਚੇ ਕੀ ਮੁੰਡੇ ਕੀ ਬਹੁਤ ਸਾਰੀਆਂ ਵੀਡੀਓ 'ਚ ਜਿਹੜੀਆਂ ਅੱਜ ਅਸੀਂ ਵਾਇਰਲ ਕਰਨੀਆਂ ਨੇ, ਫਿਰ ਅਸੀਂ ਸੋਚਿਆ ਵੀ ਨਹੀਂ ਇਹਦੇ ਜ਼ਰੀਏ ਆਪਾਂ ਇੱਕ ਮੁਕਾਬਲਾ ਕਰੀਏ, ਉਹਨਾਂ ਦਾ ਆਤਮ ਵਿਸ਼ਵਾਸ ਬਾਹਰ ਆਊਗਾ ਅਤੇ ਇਸ ਗੀਤ ਨੂੰ ਪਰਿਵਾਰ ਦੇ ਵਿੱਚ ਹੋਰ ਜ਼ਿਆਦਾ ਸੁਣਿਆ ਜਾਊਗਾ ਉਹਦੇ ਨਾਲ ਨਾਲ। ਫਿਰ ਅਸੀਂ ਸੋਚਿਆ ਵੀ ਜਿਹੜੀਆਂ ਕੁੜੀਆਂ ਅੱਛੀ ਪੇਸ਼ਕਾਰੀ ਦਿੰਦੀਆਂ, ਫਸਟ ਸੈਕਿੰਡ ਥਰਡ ਤਾਂ ਹੋਣਗੀ, ਉਹਦੇ ਨਾਲ ਨਾਲ ਜਿਹੜੀਆਂ ਹੋਰ ਵੀ ਅੱਛੀਆਂ ਨੇਗੀਆਂ, ਤਾਂ ਅਸੀਂ ਉਹਨਾਂ ਨੂੰ ਵੀ ਇੱਕ ਅੱਛੀ ਟਰਾਫੀ ਅਤੇ ਜੋਰਜੈਟ ਦਾ ਸੂਟ ਆ ਜਿਹੜਾ ਉਹ ਦੇਖਿਆ। ਫਿਰ ਸੁਖਪਾਲ ਭਾਜੀ ਦਾ ਅਮੈਰੀਕਾ ਤੋਂ ਕਾਲ ਆਈ, ਉਹ ਕਹਿੰਦੇ ਨਹੀਂ ਜਿੰਨੇ ਜਿੰਨੇ ਦੇ ਵਿੱਚ ਪੈਰੇ ਨੇ, ਪਹਿਲੇ ਪੈਰੇ ਦੇ ਵਿੱਚ ਜੋਰਜੈਟ ਸੂਟ ਦੀ ਡਿਮਾਂਡ ਕਰੀ ਹੈ, ਦੂਜੇ 'ਚ ਟਿੱਕੇ ਦੀ ਕਰੀ ਆ, ਤੀਜੇ 'ਚ ਕਾਟਿਆਂ ਦੀ ਕਰੀ ਹੈ, ਕਹਿੰਦੇ ਉਹ ਵੀ ਆਪਾਂ ਦੇਣੇ ਆ, ਕਹਿੰਦੇ ਅਸੀਂ ਉਹ ਵੀ ਰੱਖਣਾ ਗਾ, ਕਹਿੰਦੇ ਉਹ ਅਸੀਂ ਸਟੈਪ ਬਾਏ ਸਟੈਪ ਰੱਖਾਂਗੇ ਜਿੱਦਾਂ ਦਾ ਸਾਨੂੰ ਹੁੰਗਾਰ ਆ ਰਿਹਾ, ਕਹਿੰਦੇ ਇਸ ਦੇ ਜ਼ਰੀਏ ਵੀ ਅਸੀਂ ਉਹਦਾ ਚੀਜ਼ਾਂ ਵੀ ਪ੍ਰਮੋਟ ਕਰੀਏ ਜਿਹੜੇ ਸਾਡੇ ਗਹਿਣੇ ਸੀਗੇ, ਪੰਜਾਬੀ ਪਹਿਰਾਵਾ ਸੀ, ਜਿੱਥੇ ਸੂਟ ਜੋ ਸੈਟ ਦਾ ਪਾਉਣਗੀਆਂ ਕੁੜੀਆਂ, ਉੱਥੇ ਨਾਲ ਜਿਹੜਾ ਸੱਗੀ ਆ ਕਾਟੇ ਨੇ ਹਨਾ ਜਿਹੜੇ, ਉਹ ਵੀ ਅਸੀਂ ਉਹਨਾਂ ਦਾ ਸ਼ਿੰਗਾਰ ਬਣਾਵਾਂਗੇ। ਕੀ ਬਾਤ ਹੈ ਜੀ, ਬਹੁਤ ਖੂਬਸੂਰਤ। ਹੁਣ ਵਿਹੜੇ 'ਚ ਸਾਡੇ ਆਏ ਹੋਏ ਹੋ ਤਾਂ ਰੌਣਕਾਂ ਨਾ ਲੱਗਣ, ਐਂ ਤਾਂ ਹੋ ਸਕਦਾ ਨਹੀਂ, ਅਸੀਂ ਗਾਣਾ ਜ਼ਰੂਰ ਸੁਣਾਂਗੇ ਪਹਿਲਾਂ ਤੁਹਾਡੇ ਤੋਂ। ਬਿਲਕੁਲ ਜੀ ਜੀ। ਲੈ ਦੇ ਮੈਨੂੰ ਸੂਟ ਜਾਰਜੈਟ ਦਾ, ਵੇ ਲੈ ਦੇ ਮੈਨੂੰ ਸੂਟ ਜਾਰਜੈਟ ਦਾ, ਸ਼ਹਿਰੋ ਦਰਜੀ ਕੋਲੋਂ ਸਵਾਵਾਂ ਬੜੀਆਂ ਰੀਝਾਂ, ਲਾਲਾ ਪਾਵਾਂ ਤੇਰੇ ਨਾਲ ਮੈਂ ਮੇਲੇ ਜਾਵਾਂ, ਸਿਰ ਤੋਂ ਮੈਂ ਚੁੰਨੀ ਨਾ ਲਾਵਾਂ, ਇਹਨੇ ਵਿੱਚ ਬਣ ਜਾਣਾ ਟੋਰਜੈਟ ਦਾ, ਲੈ ਦੇ ਮੈਨੂੰ ਸੂਟ ਜਾਰਜੈਟ ਦਾ, ਵੇ ਲੈ ਦੇ ਮੈਨੂੰ ਸੂਟ ਜਾਰਜੈਟ ਦਾ। ਕੀ ਬਾਤ ਹੈ ਜੀ, ਪ੍ਰਤੀਕ ਇਹ ਤਾਂ ਜਾਰਜੈਟ ਦੀ ਗੱਲ ਹੋਈ ਸੀ, ਹੁਣ ਗੱਲ ਤੁਹਾਡੇ ਬਾਰੇ ਵੀ ਕਰਾਂਗੇ, ਕਿਉਂਕਿ ਤੁਸੀਂ ਵੀ ਅੱਜ ਉੱਭਰਦੇ ਹੋਏ ਸਿਤਾਰੇ ਹੋ, ਸੋ ਸਾਡਾ ਫਰਜ਼ ਬਣਦਾ ਕਿ ਚੰਗਾ ਜੋ ਕੰਮ ਕਰ ਰਿਹਾ ਉਸਨੂੰ ਅਸੀਂ ਦਰਸ਼ਕਾਂ ਤੱਕ ਲੈ ਕੇ ਜਾਣਾ ਹੁੰਦਾ, ਸਰੋਤਿਆਂ ਤੱਕ ਪਹੁੰਚਾਉਣਾ ਹੁੰਦਾ, ਕੀ ਸੁਣਾਓਗੇ ਸਾਨੂੰ ਤੁਸੀਂ? ਮੈਂ ਤੁਹਾਨੂੰ ਇੱਕ ਫੋਕ ਗੀਤ ਸੁਣਾ ਦਿੰਦੇ, ਆਪਾਂ ਲੋਕ ਗੀਤ ਸੁਣਾ ਦਿੰਦੇ, ਕਹਿੰਦੇ ਵੀ ਮਿਰਜ਼ਾ ਸੁਣਾ ਦਿੰਦੇ ਆ। ਮਿਰਜ਼ਾ ਵੀ ਕਈ ਤਰ੍ਹਾਂ ਦਾ ਗਾਇਆ ਜਾਂਦਾ, ਸੋ ਜਿਹੜਾ ਮੈਂ ਅਕਸਰ ਮਿਰਜ਼ਾ ਗਾਉਣਾ ਯੂਥ ਫੈਸਟੀਵਲ 'ਚ ਗਾਉਂਦਾ ਸੀ, ਉਸ ਤੋਂ ਬਾਅਦ ਵੀ ਹੁਣ ਵੀ ਗਾਉਂਦਾ, ਉਹ ਮਿਰਜ਼ੇ ਦੇ ਮਰਨ ਤੋਂ ਬਾਅਦ ਦੀ ਕਹਾਣੀ ਆ ਕਿ ਜਦੋਂ ਮਿਰਜ਼ਾ ਮਰ ਜਾਂਦਾ ਅਤੇ ਉਸ ਤੋਂ ਮਰਨ ਤੋਂ ਬਾਅਦ ਉਸਦੀ ਸੁੰਨੀ ਬੱਕੀ ਜਿਹੜੀ ਉਹਦੇ ਘਰੇ ਪੁੱਜਦੀ ਆ ਅਤੇ ਉਸ ਬੱਕੀ ਦੇ ਨਾਲ ਮਿਰਜ਼ੇ ਦੀ ਮਾਂ ਕੀ ਗੱਲਬਾਤ ਕਰਦੇ ਉਹ ਸੁਣਾਉਣ ਲੱਗੇ। ਹੋ ਮਾਂ ਮਿਰਜ਼ੇ ਦੀ ਬੋਲਦੀ, ਕਹਿੰਦੀ ਬੱਕੀ ਦੇ ਕੋਲੇ ਆਣ, ਕਹਿੰਦੀ ਕਿੱਥੇ ਐਨੀ ਬੱਕੀਏ, ਉਹ ਕਹਿੰਦੀ ਕਿੱਥੇ ਐਨੀ ਬੱਕੀਏ, ਮੇਰਾ ਮਿਰਜ਼ਾ ਸ਼ੇਰ ਜਵਾਨ, ਮੈਨੂੰ ਸੱਥਾਂ ਦਿਸਣ ਸੁਣੀਆਂ, ਹੋ ਮੈਨੂੰ ਸੱਥਾਂ ਦਿਸਣ ਸੁਣੀਆਂ, ਮੈਨੂੰ ਆਂਗਣ ਆਉਂਦਾ ਖਾਣ, ਮੈਨੂੰ ਸੁਪਨੇ ਆਉਂਦੇ ਚੰਦਰੇ, ਹੋ ਮੈਨੂੰ ਸੁਪਨੇ ਆਉਂਦੇ ਚੰਦਰੇ, ਕਿਤੇ ਮਤ ਸੱਚੇ ਹੋ ਜਾਣ, ਨੀ ਤੂੰ ਗਈ ਸਾ ਡੋਲਾ ਲੈਣ ਨੂੰ, ਹੋ ਨੀ ਤੂੰ ਗਈ ਸਾ ਡੋਲਾ ਲੈਣ ਨੂੰ, ਤੇਰੀ ਫੋਕੀ ਦਿਸਦੀ ਸ਼ਾਨ, ਕਿਹੜਾ ਪਾਊ ਤੇਰੇ ਤੇ ਕਾਠੀਆਂ, ਹੁਣ ਕਿਹੜਾ ਪਾਊ ਤੇਰੇ ਤੇ ਕਾਠੀਆਂ, ਕਿਹੜਾ ਕਰੂ ਤੇਰੇ ਤੇ ਮਾਣ, ਹੋ ਅੱਗਿਓ ਬੱਕੀ ਬੋਲਦੀ ਸਾਰਾ ਇੰਜ ਸੁਣਾਉਂਦੀ ਹਾਲ, ਕਹਿੰਦੀ ਤੇਰੇ ਪੁੱਤ ਜਵਾਨੇ, ਹੋ ਕਹਿੰਦੀ ਤੇਰੇ ਪੁੱਤ ਜਵਾਨੇ, ਬੁੜੀਏ ਸਹਿਬਾ ਲਈ ਨਿਕਾਲੇ, ਉਹਨੂੰ ਘੇਰਾ ਚੰਦੜਾ ਪਾ ਲਿਆ, ਹੋਇਆ ਉਹਨੂੰ ਘੇਰਾ ਚੰਦੜਾ ਪਾ ਲਿਆ, ਨਾਲੇ ਕੀਤਾ ਈ ਖੂਬ ਹਲਾਲ, ਕਹਿੰਦੇ ਪੰਛੀ ਉੱਡ ਗਏ ਅੰਬਰੀ, ਹੋ ਗਈ ਧਰਤੀ ਲਾਲੋ ਲਾਲ, ਹੋ ਸੁਣ ਕੇ ਹਾਲ ਸਪੁੱਤ ਦੀ ਮਾਂ ਡਿੱਗੀ, ਖਾ ਕੇ ਗਾਸ ਉੱਥੇ ਇਕੱਠਾ ਹੋ ਗਿਆ ਕੋਰਮਾ, ਹੋਏ ਉੱਥੇ ਇਕੱਠਾ ਹੋ ਗਿਆ ਕੋਰਮਾ, ਨਾਲੇ ਦੇਣ ਲੱਗਾ ਧਰਵਾਸ, ਕਹਿੰਦੇ ਉੱਠਣ ਸਿੱਬੋ ਸੁਰਤ ਕਰ, ਉਹ ਕਹਿੰਦੇ ਉੱਠਣ ਸਿੱਬੋ ਸੁਰਤ ਕਰ, ਆਪਾਂ ਕੀਤਾ ਮਤਾ ਪਾਸ, ਆਪਾਂ ਬਦਲਾ ਲੈਣਾ ਜੱਟ ਦਾ, ਤੇਰੀ ਸਹੁੰ ਤੇਰੀ ਸਹੁੰ ਤੇਰੀ ਸਹੁੰ ਕਰ ਚੰਦੜਾਂ ਦਾ ਨਾਸ, ਤੇਰੀ ਸਹੁੰ ਕਰ ਚੰਦੜਾਂ ਦਾ ਨਾਸ। ਕਿਆ ਬਾਤ ਹੈ ਪੂਰਾ, ਮੈਂ ਕਹਿੰਦੀ ਹਾਂ ਸਟੂਡੀਓ 'ਚ ਇੱਕਦਮ ਐਨ ਹਲਚਲ ਮੱਚ ਗਈ ਕਿ ਇੰਨੀ ਸੋਹਣੀ ਆਵਾਜ਼, ਬਹੁਤ ਖੂਬਸੂਰਤ ਆਵਾਜ਼ ਹੈ ਤੁਹਾਡੀ। ਐਂਡ ਜਿੱਦਾਂ ਗੱਲ ਕੀਤੀ ਤੁਹਾਡੇ ਸਫ਼ਰ ਦੀ ਸ਼ੁਰੂਆਤ ਦੀ ਗੱਲ ਕਰ ਲੈਂਦੇ ਕਿ ਇਹ ਸ਼ੌਂਕ ਕਿੱਧਰੋਂ ਪਿਆ ਤੁਹਾਨੂੰ?
ਕਿ ਮੈਂ ਹੁਣ ਦੱਸ ਕੇ ਹਟਿਆ ਵੀ ਜਿੱਦਾਂ ਮੈਂ ਭੰਗੜੇ ਦਾ ਸਟੂਡੈਂਟ ਸੀ ਸੋ ਥਰਡ ਕਲਾਸ ਤੋਂ ਭੰਗੜੇ ਦੇ ਨਾਲ ਜੁੜੇ ਹੋਏ ਹਾਂ ਫਿਰ ਕਾਲਜ ਦੇ ਵਿੱਚ ਸੋ ਵੀ ਜਦੋਂ ਭੰਗੜੇ ਵਾਲੇ ਦੇ ਨਾਲ ਕਹਿ ਲਓ ਵੀ ਪੰਜਾਬੀ ਮਾਂ ਬੋਲੀ ਪੰਜਾਬੀ ਪਹਿਰਾਵਾ ਪੰਜਾਬੀ ਗਾਣੇ ਪੰਜਾਬੀ ਲੋਕ ਗੀਤ ਆਪਣੇ ਆਪ ਜੁੜ ਜਾਂਦੇ ਆ ਪੰਜਾਬੀ ਸਾਜ਼ ਜੁੜ ਜਾਂਦੇ ਆ ਫਿਰ ਮੈਂ 10th ਦੇ ਵਿੱਚ ਆਇਆ 10th ਦੇ ਵਿੱਚ ਮੈਨੂੰ ਲਿਖਣ ਦਾ ਸ਼ੌਂਕ ਪਿਆ ਉਸ ਤੋਂ ਬਾਅਦ ਹੌਲੀ 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 ਚੱਲਦੇ ਗਏ ਕਾਲਜ ਕੰਪਲੀਟ ਹੋਇਆ ਅਤੇ ਨਾਲ ਦੇ ਯਾਰ ਦੋਸਤ ਕਹਿੰਦੇ ਕਿ ਆਪਾਂ ਤੇਰਾ ਗਾਣਾ ਕਰਾਉਂਦੇ ਹਾਂ ਸੋ ਉਸ ਤੋਂ ਬਾਅਦ ਫਿਰ ਜਿਗਰੀ ਯਾਰ ਇੱਕ ਸਾਡਾ ਯਾਰੀ ਦੋਸਤੀ ਦੇ ਗਾਣਾ ਸੀ ਉਹ ਕੀਤਾ ਮੁੜ ਕੇ ਫਿਰ ਮੈਂ 2017 ਦੇ ਵਿੱਚ ਪ੍ਰੋਫੈਸ਼ਨਲੀ ਇਸ ਫੀਲਡ 'ਚ ਆਇਆ ਕਿ ਨਹੀਂ ਯਾਰ ਸਿੱਖ ਕੇ ਆਈਏ ਜੇ ਕੋਈ ਕੰਮ ਕਰਨਾ ਤਾਂ ਕਹਿੰਦੇ ਵੀ ਉਹਦੇ ਘੱਟੋ ਘੱਟ ਜੇ ਜ਼ੈਡ ਤੱਕ ਨਹੀਂ ਜਾਣਾ ਤਾਂ ABC ਤਾਂ ਪਤਾ ਹੋਣੀ ਚਾਹੀਦੀ ਹੈ ਵੀ ਮੂਡਲੀ ਸਿੱਖਿਆ ਜਿਹੜੀ ਉਹ ਬਹੁਤ ਜ਼ਰੂਰੀ ਹੈ ਸੋ ਲੈ ਕੇ ਫਿਰ ਮੈਂ 2017 ਦੇ ਵਿੱਚ ਸ਼ੁਰੂਆਤ ਕੀਤੀ ਫੋਟੋ ਕਾਪੀਆਂ ਦੇ ਨਾਲ ਉਸ ਤੋਂ ਬਾਅਦ ਪੁੱਤ ਸਾਡਾ ਫਿਰ ਸੂਰਮਾ ਫਿਰ ਇੱਕ ਧੀਆਂ ਦੀ ਲੋਹੜੀ ਹੁਣ ਜੌਹਰ ਜੱਟ ਬਾਕੀ ਅੱਗੇ ਸਫ਼ਰ ਜਾਰੀ ਹੈ ਬਿਲਕੁਲ ਜੀ ਸਫ਼ਰ ਇਸੇ ਤਰ੍ਹਾਂ ਅਸੀਂ ਜਾਰੀ ਰੱਖਣਾ ਵੀ ਚਾਹਾਂਗੇ ਅਸੀਂ ਉਮੀਦ ਵੀ ਕਰਾਂਗੇ ਚੰਗੀਆਂ ਚੰਗੀਆਂ ਚੀਜ਼ਾਂ ਵੀ ਲੈ ਕੇ ਆਓ ਹੁਣ ਗੱਲ ਕਰ ਰਹੇ ਨੇ ਕਿ ਤੁਹਾਡੇ ਸਫ਼ਰ ਦੀ ਸ਼ੁਰੂਆਤ ਹੋ ਜਾਂਦੀ ਹੈ ਤੁਸੀਂ ਦੋਨੋਂ ਪੰਜਾਬੀ ਮਾਂ ਬੋਲੀ ਦੇ ਨਾਲ ਪੰਜਾਬੀ ਲੋਕ ਗੀਤਾਂ ਦੇ ਨਾਲ ਜੁੜੇ ਹੋਏ ਹੋ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੇ ਹੋ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਤੁਹਾਡੇ ਦੋਨਾਂ ਦਾ ਕੁਛ ਨਾ ਕੁਛ ਇਕੱਠੇ ਦਾ ਸੁਣਿਆ ਜਾਵੇ ਕੁਛ ਵਧੀਆ ਚਾਹੇ ਬੋਲੀ ਹੋ ਜਾਏ ਚਾਹੇ ਕੋਈ ਲੋਕ ਗੀਤ ਹੋ ਜਾਏ ਕੁਛ ਵੀ ਹੋ ਜਾਏ ਪਰ ਤੁਹਾਡੀ ਦੋਨਾਂ ਦੀ ਲੈ ਸੇਮ ਆਉਣੀ ਚਾਹੀਦੀ ਹੈ ਹਾਂਜੀ ਬਿਲਕੁਲ ਉਹ ਦੱਸ ਇਹ ਗਾਉਣ ਤੋਂ ਪਹਿਲਾਂ ਅਸੀਂ ਦੱਸ ਦਈਏ ਵੀ ਸਾਡਾ ਗੀਤ ਆ ਜਿਹੜਾ ਜੌਹਰ ਜੱਟ ਜਿੱਥੇ ਰਿਲੀਜ਼ ਹੋਇਆ ਤਾਂ ਜਲਦ ਹੀ ਯਾਨੀ ਕਿ ਬਹੁਤ ਜਲਦ ਅਸੀਂ ਇੱਕ ਬਹੁਤ ਅੱਛੀ ਬੰਦਗੀ ਹੈ ਜਿਹੜੀ ਉਹ ਵੀ ਰਿਲੀਜ਼ ਕਰ ਰਹੇ ਹਾਂ ਜਿਹੜੀ ਸਾਡੀ ਉਹਦੇ ਵਿੱਚ ਪ੍ਰਤੀਕ ਜੀ ਨੇ ਵੀ ਗਾਇਆ ਉਸਤਾਦ ਜੀ ਪਹਿਲਾਂ ਨੀ ਕੁੜੀ ਉਹ ਮੇਰੀ ਭੈਣ ਸਕੀਨਨ ਥਾਣੇਦਾਰ ਨੂੰ ਵਿਆਹਵਾ ਨੀ ਸੋਹਣੇ ਸੋਹਣੇ ਪਾਵਾਂ ਕੱਪੜੇ ਹੋ ਸੋਹਣੇ ਸੋਹਣੇ ਪਾਵਾਂ ਕੱਪੜੇ ਸਸਤੂਮਾਂ ਦਾ ਪਾਵਣ ਦਿਓਰ ਹਰਾਮੀ ਦੇ ਤੱਤੇ ਖੁਰਚਣੇ ਤੱਤੇ ਖੁਰਚਣੇ ਤੱਤੇ ਖੁਰਚਣੇ ਲਾਵਾਂ ਦਿਓਰ ਹਰਾਮੀ ਦੇ ਤੱਤੇ ਖੁਰਚਣੇ ਲਾਵਾਂ ਦਿਓਰ ਹਰਾਮੀ ਦੇ ਓਏ ਹੱਥ ਤੇਰੇ ਵਿੱਚ ਥਾਲੀ ਪਾਬੀਏ ਕੀ ਆਈਆਂ ਵਰਤਾ ਕੇ ਨੀ ਕੀ ਹੋਇਆ ਜੇ ਕਰਲੀ ਮਸ਼ਕਰੀ ਹੋਰ ਕੀ ਹੋਇਆ ਜੇ ਕਰਲੀ ਮਸ਼ਕਰੀ ਕਿਉਂ ਪਈਆਂ ਕਵਰਾ ਕੇ ਨੀ ਪਾਬੀ ਦਿਓਰ ਦੀਆਂ ਵੇਖ ਰਿਓੜੀਆਂ ਵੇਖ ਰਿਓੜੀਆਂ ਵੇਖ ਰਿਓੜੀਆਂ ਖਾ ਕੇ ਨੀ ਪਾਬੀ ਦਿਓਰ ਦੀਆਂ ਵੇਖ ਰਿਓੜੀਆਂ ਖਾ ਕੇ ਨੀ ਪਾਬੀ ਦਿਓਰ ਦੀਆਂ ਕਿਆ ਬਾਤ ਹੈ ਜੀ ਇਹ ਰੰਗ ਸਾਲੇ ਸਾਨੂੰ ਦੇਖਣ ਨੂੰ ਮਿਲਣਾ ਹਾਂਜੀ ਹਾਂ ਦੇਖ ਲਓ ਡੇਲੀ ਪੋਸਟ ਪੰਜਾਬੀ ਦਰਸ਼ਕਾਂ ਨੂੰ ਮੈਂ ਪਹਿਲਾਂ ਦਿਖਾਤਾ ਰੰਗ ਤੇ ਤੁਸੀਂ ਇਹਨਾਂ ਨੂੰ ਪ੍ਰਮੋਟ ਕਰਨਾ ਹੋਏ ਤੁਹਾਡਾ ਫਰਜ਼ ਬਣਦਾ ਕਿਉਂਕਿ ਬਹੁਤ ਚੰਗੀਆਂ ਚੀਜ਼ਾਂ ਦੇ ਅਕਸਰ ਅਸੀਂ ਡਿਮਾਂਡ ਕਰਦੇ ਤੇ ਸਾਨੂੰ ਦੇ ਰਹੇ ਨੇ ਤੇ ਸਾਡਾ ਫਰਜ਼ ਬਣਦਾ ਕਿ ਹੁਣ ਅਸੀਂ ਇਹਨਾਂ ਨੂੰ ਅੱਗੇ ਲੈ ਕੇ ਜਾਣਾ ਮਣਾ ਮੋਹੀ ਪਿਆਰ ਵੀ ਦੇਣਾ ਸੋ ਤੁਹਾਡੀਆਂ ਇਹ ਜਿੱਦਾਂ ਵਨਗੀਆਂ ਆਉਣਗੀਆਂ ਸੋ ਬਾਲ ਜੀ ਜਿੱਦਾਂ ਤੁਸੀਂ ਬਹੁਤ ਸਾਰੀਆਂ ਕੁੜੀਆਂ ਨੂੰ ਪਿੰਡ ਸਮਾਓ ਦੇ ਵਿੱਚ ਗਿੱਧਾ ਸਿਖਾਉਂਦੇ ਹੋ ਗਿੱਧੇ ਦੀ ਸਿਖਲਾਈ ਦਿੰਦੇ ਹੋ ਸੋ ਬਹੁਤ ਸਾਰੇ ਲੋਕ ਵੀ ਤੁਹਾਡੇ ਨਾਲ ਜੁੜੇ ਹੁੰਦੇ ਨੇ ਬਹੁਤ ਸਾਰੇ ਫੈਨ ਵੀ ਤੁਸੀਂ ਬਣਾਉਣੇ ਵੱਖ ਵੱਖ ਦੇਸ਼ਾਂ 'ਚ ਵੀ ਜਿਹੜਾ ਤੁਸੀਂ ਜਾ ਚੁੱਕੇ ਹੋ ਗੱਲ ਕਰਦੇ ਹਾਂ ਕਿ ਜਦੋਂ ਤੀਆਂ ਆਉਂਦੀਆਂ ਨੇ ਸਾਉਣ ਮਹੀਨਾ ਆਉਂਦਾ ਹੈ ਤਾਂ ਉਸ ਬਰੋਟੇ ਥੱਲੇ ਕਿੱਕਲੀ ਪੈਂਦੀ ਹੈ ਪੀਂਘਾਂ ਪੈਂਦੀਆਂ ਗਿੱਧਾ ਪੈਂਦਾ ਹੁੰਦਾ ਹੈ ਸੋ ਬਹੁਤ ਸਾਰੇ ਲੋਕ ਜਿਹੜੇ ਨੇ ਅਕਸਰ ਹੀ ਤੁਹਾਡੇ ਬਾਰੇ ਵੀ ਗੱਲਾਂ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਗੱਲ ਇਹੀ ਕਹਿਣਾ ਚਾਹਾਂਗੇ ਵੀ ਦੇਖੋ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਵੀ ਅਸੀਂ ਪੰਜਾਬੀ ਪੰਜਾਬ ਦਾ ਜਿਹੜਾ ਉਹ ਵਿਰਾਸਤ ਹੈ ਸਾਡੀ ਪੰਜਾਬ ਦੀਆਂ ਉਹ ਰੌਣਕਾਂ ਨੇ ਅਸੀਂ ਉਹਨੂੰ ਮੁੜ ਬਹਾਲ ਕਰਨ ਦੇ ਲਈ ਮੁੜ ਉਹਨੂੰ ਅਸੀਂ ਉਸੇ ਲਈ ਤੇ ਲਿਆਉਣ ਦੇ ਲਈ ਸਾਡੀ ਜੱਦੋ ਜਹਿਦ ਲੱਗੀ ਹੋਈ ਹੈ ਅਸੀਂ ਜਿੱਥੇ ਵੀ ਗੱਲ ਕਰਦੇ ਹਾਂ ਗੱਲ ਅਸੀਂ ਸਾਡੀ ਉਹੀ ਪੰਜਾਬੀ ਮਾਂ ਬੋਲੀ ਪੰਜਾਬੀ ਲੋਕ ਤੱਥ ਆ ਗਏ ਸਾਡੇ ਪੰਜਾਬੀ ਸਾਡਾ ਪਹਿਰਾਵਾ ਆ ਗਿਆ ਸਾਡੇ ਲੋਕ ਨਾਚ ਆ ਗਏ ਅਸੀਂ ਹਮੇਸ਼ਾ ਗੱਲ ਉਹਨਾਂ ਦੀ ਕਰਦੇ ਹਾਂ ਭਾਵੇਂ ਅਸੀਂ ਸਾਡਾ ਅੱਜ ਗੀਤ ਰਿਲੀਜ਼ ਹੋਇਆ ਤਾਂ ਸਾਡੇ ਜਿਹੜੇ ਸੁਖਪਾਲ ਔਜਲਾ ਜੀ ਸੀ ਉਹਨਾਂ ਦੀ ਵੀ ਇਹੀ ਸੋਚ ਸੀ ਉਹ ਕਹਿੰਦੇ ਅਸੀਂ ਉਹਨਾਂ ਭੁਲੇਖਿਆਂ 'ਚ ਨਹੀਂ ਪੈਂਦਾ ਅਸੀਂ ਕਿਸੇ ਵਿਊਆਂ ਦੇ ਚੱਕਰਾਂ ਨਹੀਂ ਪੈਣਾ ਅਸੀਂ ਕਿਸੇ ਤਰ੍ਹਾਂ 'ਚ ਨਹੀਂ ਪੈ ਕੋਈ ਟ੍ਰੈਂਡਿੰਗਾਂ 'ਚ ਨਹੀਂ ਪੈਣਾ ਉਹਨਾਂ ਨੇ ਪਹਿਲਾਂ ਸਾਨੂੰ ਇਹ ਗੱਲ ਦੱਸਤੀ ਅਸੀਂ ਜਿਹੜਾ ਸਾਡੀਆਂ ਵੰਨਗੀਆਂ ਨੇ ਸਾਡੇ ਗੀਤ ਨੇ ਉਹ ਅਸੀਂ ਘਰ ਘਰ ਪਹੁੰਚਾਉਣਾ ਹਰ ਘਰ ਦੇ ਵਿੱਚ ਵੱਜੇ ਹਰ ਕੋਈ ਸੁਣੇ ਉਹਨੂੰ ਕਹਿੰਦੇ ਅਸੀਂ ਉਹਨਾਂ ਚੱਕਰਾਂ 'ਚ ਕਦੇ ਵੀ ਨਹੀਂ ਪੈਣਾ ਅੱਗੇ ਵੀ ਨਹੀਂ ਪੈਣਾ ਅਸੀਂ ਤੇ ਸੋ ਅਸੀਂ ਮਤਲਬ ਕਿ ਵੀ ਜਿੱਦਾਂ ਇੰਨੇ ਚਿਰ ਦੀ ਜਿਹੜੀ ਕੋਸ਼ਿਸ਼ ਹੈ ਉਹ ਸਾਡੀ ਜਿਸ ਤਰ੍ਹਾਂ ਪਹਿਲਾਂ ਅਸੀਂ ਦੂਜਿਆਂ ਤੋਂ ਕਰਾਉਂਦੇ ਸੀ ਲੜਕੀਆਂ ਨੂੰ ਪ੍ਰੈਕਟਿਸ ਕਰਾਉਂਦੇ ਸੀ ਜੋੜਦੇ ਸੀ ਤੇ ਹੁਣ ਮੈਨੂੰ ਖੁਦ ਇਸ ਰਾਸਤੇ ਤੇ ਤੋੜਤਾ ਮੈਂ ਪਹਿਲਾਂ ਉਹਨਾਂ ਦੀ ਤਿਆਰੀ ਕਰਵਾਉਂਦਾ ਸੀ ਤੇ ਉਹਨਾਂ ਦੇ ਰਾਹੀਂ ਆਪਣੀ ਕਲਾ ਬਾਹਰ ਕੱਢਦਾ ਸੀ ਤੇ ਹੁਣ ਮੈਨੂੰ ਸੁਖਪਾਲ ਔਜਲਾ ਜੀ ਨੇ ਐਡੀ ਵੱਡੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਧਰਤੀ ਤੇ ਮੈਨੂੰ ਡਰ ਲੱਗਦਾ ਰਹਿੰਦਾ ਵੀ ਜੇ ਦੁਬਾਰੇ ਕੌਣ ਆ ਜਾਵੇ ਵੀ ਆਹ ਗਾਣਾ ਕਰਨਾ ਤਾਂ ਥੋੜ੍ਹੇ ਦਿਨ ਪਹਿਲੀ ਦੁਬਾਰਾ ਗੱਲ ਹੋਈ ਸੀ ਵੀ ਗੁਰਲੇਜ ਅਖਤਰ ਜੀ ਨਾਲ ਇੱਕ ਹੋਰ ਟਰੈਕ ਤੁਹਾਨੂੰ ਕਰਾਉਣ ਕਰਨਾ ਪੈਣਾ ਤੇ ਮੈਨੂੰ ਫਿਕਰ ਲੱਗ ਗਿਆ ਵੀ ਕਿਤੇ ਮੇਰੀ ਜੋਨਰ ਤੋਂ ਬਾਹਰ ਨਾ ਹੋਵੇ ਵੀ ਜਿਹੜਾ ਮੇਰਾ ਸਬਜੈਕਟ ਚੱਲ ਰਿਹਾ ਜਾਂ ਜਿਸ ਫੀਲਡ ਦੇ ਵਿੱਚ ਮੈਂ ਕੰਮ ਕਰ ਰਿਹਾ ਵੀ ਉਹ ਤੋਂ ਕੋਈ ਬਾਹਰ ਦੀ ਚੀਜ਼ ਨਾ ਜੇ ਪਰ ਉਹ ਸੁਖਪਾਲ ਔਜਲਾ ਜੀ ਦੱਸਿਆ ਵੀ ਨਹੀਂ ਅਸੀਂ ਉਸੇ ਮਾਂ ਬੋਲੀ ਦੀ ਉਸੇ ਅਸੀਂ ਮੀਆਂ ਬੀਬੀ ਦੇ ਜਿਹੜੇ ਪਿਆਰ ਸਤਿਕਾਰ ਦੀ ਅਸੀਂ ਗੱਲ ਕਰਾਂਗੇ ਅਸੀਂ ਕੋਈ ਉਹ ਮਾਰ ਧੀੜਾਲਾ ਜਾਂ ਕੋਈ ਇੱਦਾਂ ਦੀ ਗੱਲ ਨਹੀਂ ਕਰਾਂਗੇ ਤਾਂ ਮੇਰੇ ਮਨ ਨੂੰ ਚੈਨ ਆਈ ਤੇ ਸੋ ਅਸੀਂ ਜਿਸ ਤਰ੍ਹਾਂ ਦੇ ਸਾਡੇ ਉਪਰਾਲੇ ਅਸੀਂ ਕਰ ਰਹੇ ਹਾਂ ਬੜੇ ਚਿਰ ਤੋਂ ਸੋ ਹੁਣ ਮੈਂ ਵੀ ਇਹਦੇ ਵਿੱਚ ਇਨਵੋਲਵ ਹੋ ਗਿਆ ਕਿਉਂਕਿ ਮੈਨੂੰ ਆਪਦੇ ਨੂੰ ਵੀ ਮੇਰੀ ਜ਼ਿੰਮੇਵਾਰੀ ਲੱਗਦੀ ਵੀ ਤੁਸੀਂ ਵੀ ਕਰਨਾ ਜਿਸ ਤਰ੍ਹਾਂ ਜੌਹਰ ਜੱਟ ਉਸ ਤੋਂ ਬਾਅਦ ਦੋ ਤਿੰਨ ਟਰੈਕ ਸਾਡੇ ਬਿਲਕੁਲ ਰੈਡੀ ਨੇ ਉਹ ਵੀ ਲੋਕ ਬੋਲ
ਬੋਲੀਆਂ ਦੇ ਤੜਕੇ ਨੇ ਤੇ ਬੜੇ ਅੱਛੇ ਨੇ ਕਿ ਜਿਹੜੇ ਮੈਨੂੰ ਲੱਗਦਾ ਜਿੱਥੇ ਜੋਰਜੈਟ ਗੀਤ ਨੂੰ ਇੰਨਾ ਪਿਆਰ ਦਿੱਤਾ ਕਿ ਉਹ ਮਤਲਬ ਕਿ ਇਹ ਤੋਂ ਵੀ ਹਟਕੇ ਨੇ ਬੜੇ ਬੜੇ ਅੱਛੇ ਨੇ ਕਿ ਬਹੁਤ ਵਧੀਆ ਪਰਿਵਾਰਾਂ ਦਾ ਮਾਹੌਲ ਆ ਮੈਨੂੰ ਲੱਗਦਾ ਵੀ ਜਦੋਂ ਲੋਕਾਂ ਦੇ ਵਿਆਹ ਹੋਣਗੇ ਤਾਂ ਉੱਥੇ ਬੜੀਆਂ ਰੌਣਕਾਂ ਲੱਗਣਗੀਆਂ ਉਹ ਬਹੁਤ ਜਲਦੀ ਜਿਹੜੀਆਂ ਇਹ ਬਣਗੀਆਂ ਨੇ ਅਸੀਂ ਜਲਦ ਲੈ ਕੇ ਬਿਲਕੁਲ ਜੀ ਡੀਜੇ ਤੇ ਜਿਹੜਾ ਗਾਣੇ ਬਹੁਤ ਖੂਬ ਵੱਜਣਗੇ ਗੱਲ ਕਰਦੇ ਪ੍ਰਤੀਕ ਤੁਹਾਡੇ ਨਾਲ ਜਿਸ ਤਰ੍ਹਾਂ ਗੱਲ ਤੁਹਾਡੇ ਬਹੁਤ ਸਾਰੇ ਗਾਣੇ ਆ ਚੁੱਕੇ ਨੇ ਜੋ ਵੱਖ ਵੱਖ ਵੰਨਗੀਆਂ ਸਾਨੂੰ ਦੇਖਣ ਨੂੰ ਮਿਲੀਆਂ ਨੇ ਹੁਣ ਤੁਸੀਂ ਇੱਕ ਮਾਡਲ ਦੇ ਵਜੋਂ ਵੀ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਹੋ ਤੇ ਕੀ ਲੱਗਦਾ ਕਿ ਹੁਣ ਜਿਹੜਾ ਵਿਵਾਦ ਚੱਲਦਾ ਆਮ ਤੌਰ 'ਤੇ ਗਾਇਕਾਂ ਦਾ ਛੋਟੇ ਛੋਟੇ ਗੱਲਾਂ ਨੂੰ ਲੈ ਕੇ ਕਹਿ ਲਓ ਜਾਂ ਇੱਕ ਵਿਊਜ਼ ਨੂੰ ਲੈ ਕੇ ਕਹਿ ਲਓ ਕਿ ਤੁਸੀਂ ਵੀ ਇਸ ਦੌੜ ਦੇ ਵਿੱਚ ਕਦੀ ਸ਼ਾਮਿਲ ਹੋਵੋਗੇ ਕਿ ਮੈਂ ਆਹ ਗੀਤ ਕੱਢਿਆ ਮੇਰੇ ਇੰਨਾ ਵਿਊ ਕਿਉਂ ਨਹੀਂ ਆਏ ਤਾਂ ਅਸੀਂ ਚੰਗੀ ਚੀਜ਼ ਲੈ ਕੇ ਆਏ ਸੀ ਗੱਲ ਗੱਲ ਦੇਖੋ ਚੰਗੀ ਚੀਜ਼ ਨੂੰ ਵਿਊਜ਼ ਦੀ ਲੋੜ ਨਹੀਂ ਹੁੰਦੀ ਮੈਨੂੰ ਇਹ ਲੱਗਦਾ ਚੰਗੀ ਚੀਜ਼ ਨੂੰ ਤਾਂ ਰਿਵਿਊ ਦੀ ਲੋੜ ਹੁੰਦੀ ਆ ਕਿ ਤੁਹਾਨੂੰ ਹੁਣ ਅਸੀਂ ਗਾਣਾ ਕੀਤਾ ਸਾਨੂੰ ਪਰਸਨਲੀ ਕਾਲਸ ਵਟਸਐਪ 'ਤੇ ਮੈਸੇਜ ਹੋਰ ਇੰਸਟਾਗ੍ਰਾਮ 'ਤੇ ਮੈਸੇਜ ਸਨੈਪਚੈਟ 'ਤੇ ਜਿਹੜੇ ਉਹ ਮੈਸੇਜ ਆ ਰਹੇ ਨੇ ਜਿਹੜੇ ਉਹ ਰਿਵਿਊ ਆ ਰਹੇ ਨੇ ਜਿਹੜੇ ਉਹ ਬਜ਼ੁਰਗ ਔਰਤਾਂ ਦੀ ਵੀਡੀਓਜ਼ ਆ ਰਹੀਆਂ ਨੇ ਉਸ ਤੋਂ ਵੱਡੀ ਟ੍ਰੈਂਡਿੰਗ ਮੈਨੂੰ ਨਹੀਂ ਲੱਗਦਾ ਕੁਛ ਹੋ ਸਕਦੀ ਆ ਸੋ ਇਹ ਟ੍ਰੈਂਡਿੰਗ ਵਾਲਾ ਤਾਂ ਦੇਖੋ ਟ੍ਰੈਂਡਿੰਗ ਵਾਲਾ ਇਹ ਵਿਊਜ਼ ਵਾਲਾ ਸਭ ਨੂੰ ਪਤਾ ਕੀ ਸਿਸਟਮ ਹੈ ਉਹ ਆਪਾਂ ਬੋਲਦੇ ਚੰਗੇ ਨਹੀਂ ਲੱਗਦੇ ਸਭ ਨੂੰ ਪਤਾ ਉਹ ਕੀ ਗੇਮ ਹੈ ਗੱਲ ਇੱਥੇ ਇਹ ਹੈ ਕਿ ਕਹਿੰਦੇ ਨੇ ਉਸਤਾਦ ਜੀ ਇੱਕ ਗੱਲ ਸੁਣਾਉਂਦੇ ਹੁੰਦੇ ਵੀ ਇੱਕ ਵਾਰੀ ਜੰਗਲ ਨੂੰ ਅੱਗ ਲੱਗ ਗਈ ਇੱਕ ਚਿੜੀ ਚੁੰਝ 'ਚ ਪਾਣੀ ਭਰ ਭਰ ਕੇ ਜੰਗਲ ਦੀ ਅੱਗ ਬੁਝੋ ਰਹੀ ਸੀ ਬਾਕੀ ਜਾਨਵਰਾਂ ਨੂੰ ਮਖੌਲ ਕੀਤਾ ਵੀ ਭਾਈ ਤੂੰ ਕੀ ਕਰ ਰਹੀ ਹੈ ਤੇਰੀ ਇਹਦੇ ਨਾਲ ਅੱਗ ਨਹੀਂ ਬੁਝਣੀ ਉਹ ਕਹਿੰਦੀ ਮੈਨੂੰ ਵੀ ਪਤਾ ਵੀ ਅੱਗ ਤਾਂ ਨਹੀਂ ਬੁਝੂਗੀ ਪਰ ਜਦੋਂ ਇਤਿਹਾਸ ਲਿਖਿਆ ਜਾਊਗਾ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ 'ਚ ਆਊਗਾ ਅੱਗ ਲੱਗੀ ਨੂੰ ਖੜ ਕੇ ਦੇਖਣ ਵਾਲਿਆਂ 'ਚ ਨਹੀਂ ਆਊਗਾ ਸੋ ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ ਅਸੀਂ ਇਹ ਨਹੀਂ ਕਹਿੰਦੇ ਕਿ ਲੋਕ ਸਾਡਾ ਸਾਥ ਨਹੀਂ ਦਿੰਦੇ ਬਹੁਤ ਪਿਆਰ ਮਿਲ ਰਿਹਾ ਜੀ ਇਹ ਤਾਂ ਵਿਊਜ਼ ਵਾਲੇ ਚੱਕਰ ਇਹ ਵਿਵਾਦਾਂ ਵਾਲੇ ਇੱਕ ਦੂਜੇ ਨੂੰ ਕਹਿਣਾ ਭੜਨਾ ਲੜਨਾ ਅਸੀਂ ਤਾਂ ਪਹਿਲਾਂ ਹੀ ਪੰਜਾਬੀ ਲੜ ਲੜ ਕੇ ਮਰ ਗਏ ਤੇ ਮੈਨੂੰ ਇਹ ਲੱਗਦਾ ਵੀ ਕਲਾਕਾਰੀ ਤਾਂ ਜਿਹੜੀ ਅਸਲੀ ਉਹ ਤਾਂ ਪਿਆਰ ਪਾਉਂਦੀ ਹੈ ਮਿਲਣਾ ਬਿਠਾਉਂਦੀ ਹੈ ਕਦੋਂ ਕਿਤੇ ਕਹਾੜਾ ਲੱਗਦਾ ਉੱਥੇ ਥੋੜ੍ਹਾ ਨਾ ਹੁੰਦਾ ਵੀ ਭਾਈ ਇਹ ਵਰਗ ਬੈਠੂਗਾ ਇਹ ਵਰਗ ਨਹੀਂ ਬੈਠੂਗਾ ਵੀ ਇੱਥੇ ਫਲਾਣੇ ਧਰਮ ਦੇ ਬੰਦੇ ਬੈਠ ਸਕਦੇ ਫਲਾਣਾ ਨਹੀਂ ਬੈਠ ਸਕਦਾ ਇੱਕੋ ਇੱਕ ਤਾਂ ਚੀਜ਼ ਆ ਕਲਾਕਾਰੀ ਜਿਹੜੀ ਕਹਿੰਦੀ ਹੈ ਵੀ ਤੁਸੀਂ ਇੱਕੋ ਤੇ ਜੇ ਅਸੀਂ ਉਹ 'ਚ ਵੀ ਵੰਡੀਆਂ ਪਾ ਲਈਆਂ ਤਾਂ ਫਿਰ ਮੈਨੂੰ ਲੱਗਦਾ ਵੀ ਪਹਿਲਾਂ ਹੀ ਕੰਮ ਖਰਾਬ ਹੈ ਸੋ ਹੋਰ ਖਰਾਬ ਹੋ ਜਾਊਗਾ ਪ੍ਰਤੀਕ ਜੀ ਦੀ ਗੱਲ ਵਿੱਚ ਮੈਂ ਗੱਲ ਕਹਿਣੀ ਚਾਹਾਂਗਾ ਕਿਉਂਕਿ ਜਿਹੜੇ ਅਸੀਂ ਕਲਾਕਾਰ ਹੁੰਦੇ ਹਾਂ ਇੱਕ ਕਲਾਕਾਰ ਦੂਜੇ ਕਲਾਕਾਰ ਦੀ ਰੂਹ ਦੀ ਖੁਰਾਕ ਹੁੰਦਾ ਬਿਲਕੁਲ ਤਾਂ ਮੈਨੂੰ ਲੱਗਦਾ ਵੀ ਜਿੰਨੇ ਅਸੀਂ ਕਲਾਕਾਰ ਹਾਂ ਸਾਨੂੰ ਹੋਰ ਦੂਸਰੀ ਸਾਈਡ 'ਤੇ ਐਨਰਜੀ ਖਰਾਬ ਕਰਨੀ ਪਈ ਆਪਣੀ ਜਿਹੜੀ ਤਾਕਤ ਉਹ ਖਰਾਬ ਕਰਨ ਦੀ ਬਜਾਏ ਮੈਨੂੰ ਲੱਗਦਾ ਸਾਨੂੰ ਇੱਕ ਕਲਾਕਾਰ ਹੀ ਅਸੀਂ ਜਿਹੜੀ ਇੰਟਰਟੇਨਮੈਂਟ ਕਰਵਾ ਰਹੇ ਹਾਂ ਇੱਕ ਚਿਹਰੇ 'ਤੇ ਰੌਣਕ ਆਉਂਦੇ ਨੇ ਮੈਨੂੰ ਲੱਗਦਾ ਨਹੀਂ ਇੱਕ ਕਲਾਕਾਰ ਨੂੰ ਦੂਜੇ ਕਲਾਕਾਰ ਬਾਰੇ ਕੁਝ ਬੋਲਣਾ ਚਾਹੀਦਾ ਅਸੀਂ ਰਲ ਮਿਲ ਕੇ ਸਾਰੇ ਇੱਕ ਦੂਜੇ ਦਾ ਸਾਥ ਦੇਈਏ ਹੈ ਨਾ ਸਾਥ ਦੇ ਕੇ ਅਸੀਂ ਉਹਨੂੰ ਸੋਹਣੇ ਢੰਗ ਨਾਲ ਸਾਡੀ ਮਾਂ ਬੋਲੀ ਸਾਡਾ ਵਿਰਸਾ ਅਸੀਂ ਲੈ ਕੇ ਆਈਏ ਕਿਉਂਕਿ ਹਰ ਇੱਕ ਬੰਦੇ ਦੇ ਵਿੱਚ ਕਲਾ ਹਰ ਇੱਕ ਬੰਦਾ ਸਾਰੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਕੋਈ ਅਸੀਂ ਨਹੀਂ ਵੱਖਰਾ ਕਰ ਰਹੇ ਜਿੰਨਾ ਕਰ ਰਹੇ ਨੇ ਬਹੁਤ ਸੋਹਣਾ ਕਰ ਰਹੇ ਸਾਡੇ ਗੁਰੂ ਮਾਂ ਡਾਕਟਰ ਪ੍ਰਭਸ਼ਰਨ ਕੌਰ ਜੀ ਦੱਸਦੇ ਹੁੰਦੇ ਨੇ ਕਹਿੰਦੇ ਕਿਸੇ ਦੇ ਖਿਲਾਫ ਆਪਾਂ ਗੱਲ ਨਹੀਂ ਕਰਨੀ ਆਪਾਂ ਕਿਸੇ ਦੇ ਕੰਮ ਨੂੰ ਚੁਣੌਤੀ ਨਹੀਂ ਦੇਣੀ ਹਰ ਇੱਕ ਬੰਦੇ ਆਪਣਾ ਆਪਣਾ ਕੰਮ ਕਰ ਰਹੇ ਨੇ ਬਹੁਤ ਸੋਹਣਾ ਕਰ ਰਹੇ ਨੇ ਅਸੀਂ ਵੀ ਕਹਿ ਰਹੇ ਹਾਂ ਅਸੀਂ ਕਿਸੇ ਦੇ ਕੰਮ 'ਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਕਿਉਂਕਿ ਸਾਰੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਅਸੀਂ ਵੀ ਉਹਨਾਂ ਵਿੱਚੋਂ ਇੱਕ ਹਾਂ ਅਸੀਂ ਆਪਣਾ ਵੱਖਰਾ ਕੰਮ ਕਰ ਰਹੇ ਹਾਂ ਅਸੀਂ ਹਮੇਸ਼ਾ ਸਾਥ ਦਿੰਦੇ ਹਾਂ ਅਸੀਂ ਕਿਤੇ ਵੀ ਕਿਸੇ ਦੇ ਨਾਲ ਖਿਲਾਫ ਨਾ ਹੀ ਬੋਲਣਾ ਅਤੇ ਨਾ ਹੀ ਬੋਲਦੇ ਹਾਂ ਅਤੇ ਮੈਡਮ ਦਾ ਸਾਡੇ ਦਾ ਗੁਰੂ ਮਾਂ ਦਾ ਡੰਡਾ ਸਾਡੇ 'ਤੇ ਤਿਆਰ ਰਹਿੰਦਾ ਵੀ ਤੁਸੀਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਸਾਨੂੰ ਕਹਿੰਦੇ ਵੀ ਤੁਸੀਂ ਸਾਥ ਦਿਓ ਉਹ ਜਦੋਂ ਵੀ ਕਿਸੇ ਦੀ ਕਾਲ ਆਉਂਦੀ ਜੀ ਕਈ ਵਾਰ ਕੋਈ ਕਿੰਤੂ ਪ੍ਰੰਤੂ ਕਰ ਦਿੰਦੇ ਜੀ ਅਸੀਂ ਡਿਸਕਸ ਕਰ ਲਏ ਨਹੀਂ ਬੇਟਾ ਕਹਿੰਦੇ ਇਹ ਕੰਮ ਆਪਾਂ ਨਹੀਂ ਕਰਨਾ ਆਪਾਂ ਪਿਆਰ ਵੰਡਣਾ ਅਤੇ ਆਪਾਂ ਪਿਆਰ ਵੰਡਣਾ ਅਤੇ ਰਲ ਮਿਲ ਕੇ ਚੱਲਣਾ ਸਾਰਿਆਂ ਨੇ ਅਸੀਂ ਇਹਨਾਂ ਚੱਕਰਾਂ 'ਚ ਨਹੀਂ ਪੈਂਦਾ ਦੂਸਰੀ ਗੱਲ ਦੇਖੋ ਜਿਵੇਂ ਗੱਲ ਹੁੰਦੀ ਆ ਵੀ ਅਸੀਂ ਜਦੋਂ ਸਾਡਾ ਇਹ ਗਾਣਾ ਬਣਿਆ ਸੀ ਗਾਣਾ ਬਣ ਕੇ ਆ ਗਿਆ ਅਤੇ ਜਦੋਂ ਇਹਦੇ ਫਿਲਮਾਂਕਣ ਦਾ ਕੰਮ ਹੋਇਆ ਅਤੇ ਡਾਕਟਰ ਸਾਹਿਬ ਸਟਾਲਨਵੀਰ ਜੀ ਜਦੋਂ ਆਏ ਬੈਠੇ ਤਾਂ ਉੱਥੇ ਗੱਲ ਚੱਲੀ ਇਹਦੀ ਇਹਦੇ ਵਿੱਚ ਵੀ ਮਾਡਲ ਕੌਣ ਹੋ ਕਿਸ ਤਰ੍ਹਾਂ ਗੱਲ ਹੋਊ ਤਾਂ ਉੱਥੇ ਮੈਂ ਇੱਕੋ ਹੀ ਗੱਲ ਰੱਖੀ ਵੀ ਅਸੀਂ ਸਾਡੇ ਆਪਣੇ ਕਲਾਕਾਰ ਬਹੁਤ ਅੱਛੇ ਆ ਕਲਾ ਦੇ ਸੁਮੇਲ ਨੇ ਅਨੇਕਾਂ ਕਲਾਵਾਂ ਦੇ ਸੁਮੇਲ ਨੇ ਸਾਡੇ ਕਲਾਕਾਰ ਬਹੁਤ ਅੱਛੇ ਨੇ ਵੀ ਅਸੀਂ ਕੋਈ ਵੀ ਪੇਡ ਕਲਾਕਾਰ ਨਹੀਂ ਲਵਾਂਗੇ ਸਾਨੂੰ ਮਤਲਬ ਕਿ ਇਹਦੀ ਸਫਲਤਾ ਮਿਲੇ ਨਾ ਮਿਲੇ ਗੱਲ ਵੱਖਰੀ ਹੈ ਪਰ ਸਾਡੇ ਆਪਣੇ ਕਲਾਕਾਰ ਬਹੁਤ ਅੱਛੇ ਨੇ ਜਿਵੇਂ ਪ੍ਰਤੀਕ ਮਾਨ ਜੀ ਇੱਕ ਬਹੁਤ ਅੱਛੇ ਕਲਾਕਾਰ ਨੇ ਅਨੇਕਾਂ ਕਲਾਵਾਂ ਦਾ ਸੁਮੇਲ ਨੇ ਬਹੁਤ ਅੱਛੇ ਰਾਈਟਰ ਨੇ ਅਦਾਕਾਰ ਨੇ ਗਾਇਕ ਨੇ ਅਤੇ ਬਹੁਤ ਅੱਛੇ ਪਰਫੋਰਮਰ ਨੇ ਤਾਂ ਮੈਨੂੰ ਲੱਗਦਾ ਇਦੋਂ ਵੱਡਾ ਕਲਾਕਾਰ ਕੌਣ ਹੋਊਗਾ ਤਾਂ ਅਸੀਂ ਮੋਰ ਪਹਿਲੇ ਦਿਨ ਹੀ ਇਹਨਾਂ 'ਤੇ ਲਾਤੀ ਸੀ ਵੀ ਇਹਦੀ ਜਿਹੜੀ ਅਦਾਕਾਰੀ ਹੈ ਉਹ ਪ੍ਰਤੀਕ ਮਾਨ ਜੀ ਹੋਰਾਂ ਤੋਂ ਕਰਨਗੇ ਅਤੇ ਜਿਹੜੀ ਇਹਦੀ ਫੀਮੇਲ ਦੇ ਵਿੱਚ ਅਦਾਕਾਰੀ ਹੈ ਉਹ ਜਿਹੜੀ ਅਨਮੋਲ ਸਿੱਧੂ ਆ ਬੜੀ ਅੱਛੀ ਲੜਕੀ ਹੈ ਅਤੇ ਬਹੁਤ ਬਾ ਕਮਾਲ ਜਿਹੜੀ ਉਹਦੀ ਅਦਾਕਾਰੀ ਇਹ ਹੋਈ ਆ ਹੈ ਨਾ ਅਤੇ ਉਹਨਾਂ ਨੇ ਕਿ ਉਸ ਤੋਂ ਨਾਲ ਨਾਲ ਸਾਡੀ ਜਿਹੜੀ ਝੂਮਰ ਟੀਮ ਸੀ ਉਹ ਸਾਰੀ ਦੀ ਸਾਰੀ ਝੂਮਰ ਟੀਮ ਨੇ ਕੰਮ ਕਰਿਆ ਉਹਦੇ ਵਿੱਚ ਸਾਡੀਆਂ ਲੜਕੀਆਂ ਜਿਨ੍ਹਾਂ ਨੂੰ ਕੌਣ ਭੁੱਲਿਆ ਵਿਸ਼ਵ ਪੱਧਰ 'ਤੇ ਪਹਿਚਾਣ ਬਣਾ ਚੁੱਕੇ ਨੇ ਉਹ ਸਾਰੀਆਂ ਲੜਕੀਆਂ ਗਿੱਧੇ ਦੇ ਜਿਹੜੇ ਸੀਗੇ ਉਹਦੇ ਵਿੱਚ ਗਿੱਧੇ ਦੇ ਸਟੈਪ ਸੀ ਜਿਹੜੇ ਸਾਰੇ ਉਹਨਾਂ ਨੇ ਕਰੇ ਸੋ ਇਸ ਕਰਕੇ
पिछे तो सपोर्ट करना साडे बच्चियां नूं जिन्हां च कला गई उन्हां नूं अगे लैके जाणा, ना कि अगे लग के उन्हां नूं पिछे धक्कना। साडी पहले जिथे साडे गुरु जी ने दस्सिया होया भी आपां इन्हां कलाकारां नूं अगे लैके आउणा, इन्हां कलाकारां नूं चंगी सपोर्ट देनी है। खास करके असीं कुड़ियां नूं बहुत अच्छे स्टैप दे रहे हैं। असीं कदे भी, मैं नहीं अपने उत्ते टैग लाया भी मैं बहुत वड्डा कलाकार हां, बहुत वड्डा कोच, अज भी नहीं कहांगा। ते अज भी कहांगा जे गीत सफल होया तां प्रतीक जी होरी ने, मैं नहीं, ये जा साडे राइटर ने गे, सुखपाल औजला जी ने गे, है ना, ते बाकी सारी टीम है। मैं फिर भी पिछे अपने आप में पिछे कर रहे हैं, मैं नहीं भी मैं नहीं होना, ये साडे दोस्त ने साडे बच्चे ने, है ना, अगे आउणगे। ये तो थोड़ा वड़प्पन है, पर इना जरूर कहांगे कि थोड़ा गीत सारयां दी टीम दी मेहनत नाल ही अगे आया। बहुत तुसीं खूबसूरत मेहनत कीती है, स्क्रीन ते मेहनत साफ झलकदी है। पर एक सवाल थानू कर लैने, जदों शूटिंग चल रही सी इस गाने दी तां किन्नी वार किसी स्टैप विच टेक लै होण याद होवे? हुण मैं थानू की दसां, बाकी तो सब कुछ ठीक सी। एंड वाले सीन ते ना हग दा सीन सी, मॉडल जी ना ते ओ सीन सही भी हो रहा सी, पर जान जान के भाजने नहीं वधिया नहीं होया, नहीं एक बारी होर वधिया नहीं होया। सो मतलब हासा ठेडा भी सीगा, पर शूट बहुत वधिया होया। सब तो वड्डी गल ए सी, मैं जिद्दां आपां गल करके हटे आ कि अज दे दौर च एक कलाकार दूजे नूं पिछे धक्क रिहा है, पर ये साडे बाई जी दा बड़प्पन है कि ये बाकी कलाकारां नूं अगे धक्क रहे ने। सो उत्थे जिहड़ा माहौल सी उही सी कि एक दूजे नूं सपोर्ट करना बड़ा बड़ा वधिया सी। सो ओ मैं उही कहिंदा वी हुंदे कि आपस च लड़ना जवाकां वाले कम हुंदे, मर्द जो लड़दे हालातां नाल ने। सो अस तां हालातां नाल लड़ रहे हां ते लड़दे रहांगे, ते माहौल बहुत वधिया सी वीडियो दा। इस तरह लग रहा है जो अभी सारे कट्ठे से ना, कुड़ियां मुंडे सारे कट्ठे से, सानू लग नहीं रहा है असीं कोई शूट ते आए हैं। जिवें रोटी है स्टालन वीर जी डायरेक्टर साहब बड़े डाउन टू अर्थ ने, वो रोटियां सी जिहड़ियां सी ना, मतलब कि भी एक थाल दे विच रोटियां रख लियां, सब्जी सारी रख ली, ते किन्नियां सी 25-30 कुड़ियां सी, मुंडे सी, सारे बुरकियां लै लए, उहदे विचों ला रहे सी, ਤੇ ਇੰਨਾ ਕੁ ਵਧੀਆ ਮਾਹੌਲ ਸੀ, ਸਾਨੂੰ ਪਤਾ ਹੀ ਨਹੀਂ ਲੱਗਿਆ ਵੀ 12 ਘੰਟੇ ਕਿੱਦਾਂ ਬੀਤ ਗਏ। ਸਟਾਲਿਨ ਵੀਰ ਹੁਣਾਂ ਨਾਲ ਥੋੜੀ ਜਿਹੀ ਮੇਰੀ ਨਾਰਾਜ਼ਗੀ ਹੈ, ਉਹ ਮੈਂ ਦੂਰ ਕਰਾਂਗੀ ਫੋਨ ਤੇ ਗੱਲ ਕਰਕੇ ਨਾ, ਪਰ ਉਹ ਹੈ ਬਹੁਤ, ਉਹਨਾਂ ਦੀ ਕਦਰ ਮੈਂ ਬਹੁਤ ਕਰਦੀ ਹਾਂ, ਪਰ ਉਹਨਾਂ ਨੂੰ ਪਤਾ ਹੈ ਕਿ ਮੈਂ ਨਾਰਾਜ਼ ਵੀ ਕਿਉਂ ਉਹਨਾਂ ਦੇ ਨਾਲ। ਉਹ ਜੇ ਆਪਣੀ ਇੰਟਰਵਿਊ ਸੁਣਨਗੇ ਤਾਂ ਹੱਸਣਗੇ ਵੀ ਜ਼ਰੂਰ ਕਿ ਮਨਦੀਪ ਦੀ ਨਾਰਾਜ਼ਗੀ ਬਿਲਕੁਲ ਜਾਇਜ਼ ਵੀ ਹੈਗੀ। ਨਾਰਾਜ਼ ਵੀ ਆਪਣੇ ਤੋਂ ਹੀ ਹੋਇਆ ਹੁੰਦਾ, ਨਾਰਾਜ਼ਗੀ ਤਾਂ ਵੀ ਮੈਨੂੰ ਪਤਾ ਨਾ ਨਾਰਾਜ਼ਗੀ ਦਾ, ਪਰ ਉਹ ਨਾਰਾਜ਼ਗੀ ਜਲਦ ਦੂਰ ਹੋ ਜੂ। ਜੀ ਬਿਲਕੁਲ ਜੀ, ਪਰ ਉਸ ਤੋਂ ਬਾਅਦ ਜੇਕਰ ਹੁਣ ਗੱਲ ਕਰ ਲੈਂਦੇ ਹਾਂ ਕਿ ਅਸੀਂ ਤੁਹਾਡੇ ਗਾਣੇ ਬੈਕ ਟੂ ਬੈਕ ਜਿੱਥੇ ਆਉਣਗੇ, ਹੁਣ ਅਸੀਂ ਤੁਹਾਡੇ ਸੁਣਾਂਗੇ ਬੋਲੀਆਂ, ਕਿਉਂਕਿ ਪਾਲ ਸਿੰਘ ਸਮਾਓ ਇੱਥੇ ਆਏ ਹੁਣ, ਤੇ ਜਿਨ੍ਹਾਂ ਨੂੰ ਅਕਸਰ ਹੀ ਬੋਲੀਆਂ ਕਰਕੇ ਤੇ ਗਿੱਧੇ ਕਰਕੇ ਜਾਣਿਆ ਜਾਂਦਾ ਹੈ, ਤੇ ਮੈਂ ਕਹਿੰਦੀ ਇੱਕ ਤਾਲ ਹੋ ਜੇ ਤੇ ਨਾਲ। ਬਿਲਕੁਲ ਬਿਲਕੁਲ ਜੀ, ਦੁੱਖ ਦੇਊਗੀ ਵੀਰਾ ਪਾਬੋ ਲਾਡਲੀ ਰੱਖੀ, ਦੁੱਖ ਦੇਊਗੀ ਵੀਰਾ ਪਾਬੋ ਲਾਡਲੀ ਰੱਖੀ, ਦੁੱਖ ਦੇਊਗੀ ਵੀਰਾ ਪਾਬੋ ਲਾਡਲੀ ਰੱਖੀ, ਠੀਕ ਹੋ ਜੂਗੀ ਪੈਣੇ ਪਾਰੀ ਲੈ ਜੂੰਗਾ ਚੱਕੀ, ਠੀਕ ਹੋ ਜੂਗੀ ਪੈਣੇ ਪਾਰੀ ਲੈ ਜੂੰਗਾ ਚੱਕੀ, ਬੇਤੀ ਮੀਤਾ ਤੇਰੀ ਪੀਵੇ ਟੜਾਈਆਂ ਖੰਡਾ ਖਾ ਗਈ ਬੋਰਾ, ਬੇ ਅੰਦਰ ਵੜ ਕੇ ਸੁਰਮਾ ਪਾਵੇ, ਅੰਦਰ ਵੜ ਕੇ ਸੁਰਮਾ ਪਾਵੇ, ਦੇ ਡੋਰੇ ਤੇ ਡੋਰਾ ਤੀਮੀ ਤੇਰੀ ਨੇ ਮਾਰਿਆ ਭਰਾਵਾ ਲੋੜਾ, ਤੀਮੀ ਤੇਰੀ ਨੇ ਮਾਰਿਆ ਭਰਾਵਾ ਲੋੜਾ, ਤੀਮੀ ਤੇਰੀ ਨੇ ਮਾਰਿਆ ਭਰਾਵਾ ਲੋੜਾ, ਤੀਮੀ ਤੇਰੀ ਨੇ, ਬੇਤੀ ਮੀਤਾ ਤੇਰੀ ਪੀਵੇ ਟੰਡਾਈਆਂ ਖੰਡਾ ਖਾ ਗਈ ਬੋਰਾ, ਬੇ ਅੰਦਰ ਵੜ ਕੇ ਸੁਰਮਾ ਪਾਵੇ, ਹੋਏ ਅੰਦਰ ਵੜ ਕੇ ਸੁਰਮਾ ਪਾਵੇ, ਦੇ ਡੋਰੇ ਤੇ ਡੋਰਾ ਤੀਮੀ ਵਿਆਹੀ ਤੋਂ ਹੋ ਗਿਆ ਭਰਾਵਾ ਕੋਰਾ, ਤੀਮੀ ਵਿਆਹੀ ਤੋਂ ਹੋ ਗਿਆ ਭਰਾਵਾ ਕੋਰਾ, ਤੀਮੀ ਵਿਆਹੀ ਤੋਂ ਥਾਲੀ ਥਾਲੀ ਦੇ ਵਿੱਚ ਛੰਨਾ ਤਰਾਂਗੇ, ਥਾਲੀ ਥਾਲੀ ਦੇ ਵਿੱਚ ਛੰਨਾ ਤਰਾਂਗੇ, ਆਜੀ ਸਾਡੇ ਵਿਹੜੇ ਆਪਾਂ ਗੱਲਾਂ ਕਰਾਂਗੇ, ਆਜੀ ਸਾਡੇ ਵਿਹੜੇ ਆਪਾਂ ਗੱਲਾਂ ਕਰਾਂਗੇ। ਬਿਲਕੁਲ ਜੀ, ਸਾਡੇ ਵਿਹੜੇ ਪਹੁੰਚੇ ਹੋਏ ਨੇ, ਤੁਸੀਂ ਗੱਲਾਂ ਲਗਾਤਾਰ ਕਰ ਰਹੇ ਹੋ, ਬਹੁਤ ਖੂਬਸੂਰਤ ਹੈ, ਬੜੀ ਵਧੀਆ ਆਵਾਜ਼ ਹੈ। ਹੁਣ ਤੁਹਾਡੇ ਤੋਂ ਸੁਣਨਾ ਚਾਹਾਂਗੇ, ਕਿਉਂਕਿ ਨਾ ਮੈਂ ਤੁਹਾਡਾ ਗੱਲ ਕਰ ਰਹੀ ਹਾਂ, ਬੜੀਆਂ ਸੂਝਵਾਨ ਜੀਆਂ ਗੱਲਾਂ ਨੇ ਜੋ ਪ੍ਰਭਾਵ ਪਾ ਰਹੀਆਂ ਨੇ, ਹੈ ਨਾ, ਸੋ ਪ੍ਰਭਾਵ ਵੀ ਛੱਡ ਰਹੀਆਂ ਕਿ ਵਾਕਈ ਤੁਸੀਂ ਗੱਲ ਨੂੰ ਬੜੇ ਟਿਕਾ ਕੇ ਕਰਦੇ ਆ, ਪੂਰੀ ਪੰਜਾਬੀ ਜਿੱਥੇ ਤੁਸੀਂ ਜੁੜੇ ਹੀ ਹੋਏ ਨਾ, ਪਰ ਇੱਕ ਜਦੋਂ ਜਵਾਬ ਦੇਣਾ ਹੁੰਦਾ ਨਾ, ਪੂਰਾ ਟਿਕਾ ਕੇ ਜਵਾਬ ਦਿੰਦੇ ਹੋ। ਨਹੀਂ, ਕਹਿੰਦੇ ਵੀ ਜਵਾਬ ਵੀ ਦੋ ਤਰ੍ਹਾਂ ਦੇ ਹੁੰਦੇ ਨੇ, ਵੀ ਇੱਕ ਤਾਂ ਜਵਾਬ ਹੀ ਦੇਤਾ, ਇੱਕ ਜਵਾਬ ਦੇਤਾ, ਸੋ ਇਸ ਕਰਕੇ ਗੀਤ ਮੈਂ ਤੁਹਾਨੂੰ ਪੁੱਤ ਸਾਡਾ ਸੁਣਾ ਦਿੰਦਾ, ਬੜਾ ਮੇਰਾ ਮੈਨੂੰ ਪਰਸਨਲੀ ਵਧੀਆ ਲੱਗਦਾ। ਕਿ ਨਵੀਂ ਨਵੀਂ ਹਜੇ ਹਿਆਰੀ ਲੱਗੀ ਹੈ, ਸਰਦਾਰਮੀ ਦੇ ਨਾਲ ਸਰਦਾਰੀ ਲੱਗੀ ਹੈ, ਨਵੀਂ ਨਵੀਂ ਹਜੇ ਹਿਆਰੀ ਲੱਗੀ ਹੈ, ਸਰਦਾਰਮੀ ਦੇ ਨਾਲ ਸਰਦਾਰੀ ਲੱਗੀ ਹੈ, ਵੇਖੀ ਕਿਤੇ ਐਵੇਂ ਨਾ ਤੂੰ ਰੋਲਦੀ ਵੇ ਇਸ਼ਕ ਮੈਂ ਪਾ ਬੈਠੀ ਡਾਡਾ,
ਜਿੱਤ ਇਥੋਂ ਬਾਅਦ ਕਿਸੇ ਮੁੰਡੇ ਨੂੰ ਪਿਆਰ ਕਰੂੰਗੀ ਉਹ ਪੁੱਤ ਹੋਊ ਸਾਡਾ ਕਿ ਮੈਨੂੰ ਪਤਾ ਤੇਰੇ ਗੀਤਾਂ ਦੀ ਕਦਰ ਪਰ ਮਾਪਿਆਂ ਨੂੰ ਕੌਣ ਸਮਝਾਵੇ ਰੱਬ ਕਰੇ ਛੇਤੀ ਛੇਤੀ ਹੁਣ ਪ੍ਰਤੀਕ ਮੇਰਾ ਹੁਣ ਤਾਂ ਸਟਾਰ ਬਣ ਜਾਵੇ ਤੁਸੀਂ ਕਦਰ ਚ ਕਮੀ ਨਾ ਕੋਈ ਛੱਡਿਓ ਕਿ ਮੈਂ ਵੀ ਪੂਰਾ ਮੁੱਲ ਪਾਊਂ ਤੁਹਾਡਾ ਜੇ ਤੇਥੋਂ ਬਾਅਦ ਕਿਸੇ ਮੁੰਡੇ ਨੂੰ ਪਿਆਰ ਕਰੂੰਗੀ ਵੇ ਉਹ ਪੁੱਤ ਹੋਊ ਜ਼ਿੰਮੇਵਾਰੀ ਬਣ ਜਾਂਦੀ ਹਰ ਕਲਾਕਾਰ ਦੀ ਕਿ ਹੁਣ ਇੱਕ ਗੀਤ ਅਸੀਂ ਚੰਗਾ ਦੇਤਾ ਆ ਤੇ ਜਿਹੜੇ ਸਾਡੇ ਦਰਸ਼ਕ ਨੇ ਹੋਰ ਡਿਮਾਂਡ ਕਰਦੇ ਹੁੰਦੇ ਕਿ ਅਸੀਂ ਇਸ ਤੋਂ ਜ਼ਿਆਦਾ ਵਧੀਆ ਸੁਣਨਾ ਆ ਜ਼ਿਆਦਾ ਵਧੀਆ ਦੇਖਣਾ ਆ ਤੇ ਹੁਣ ਪ੍ਰਤੀਕ ਅੱਗੇ ਕੀ ਲੈ ਕੇ ਆਉਣਗੇ ਜਾਂ ਕਿੰਨਾ ਕੁ ਵਧੀਆ ਪਰੋਸੋਂਗੇ ਕਿਉਂਕਿ ਉਹਨਾਂ ਨੂੰ ਬਣਨਾ ਬੜਾ ਜ਼ਰੂਰੀ ਹੋ ਜਾਂਦਾ ਆ ਗੱਲ ਇਹ ਹਥਿਆਰ ਦੀ ਗੱਲ ਕਰਨਾ ਮਾੜੀ ਨਹੀਂ ਹੈ ਮੈਨੂੰ ਲੱਗਦਾ ਜੋ ਕਿ ਹਥਿਆਰ ਦੀ ਗੱਲ ਕਰਨਾ ਕਿਤੇ ਮਾੜੀ ਨਹੀਂ ਹੈ ਪਰ ਤੁਸੀਂ ਹਥਿਆਰ ਚੱਕਿਆ ਕਿਸ ਪਰਪਜ਼ ਲਈ ਹੈ ਭਗਤ ਸਿੰਘ ਉਹਨਾਂ ਦੇ ਹੱਥ 'ਚ ਹਥਿਆਰ ਸੀ ਊਧਮ ਸਿੰਘ ਨੇ ਹਥਿਆਰ ਨਾਲ ਹੀ ਜਨਰਲ ਡਾਇਰ ਮਾਰਿਆ ਸੀ ਅੱਜ ਅਸੀਂ ਉਹਨਾਂ ਨੂੰ ਆਪਣਾ ਸ਼ਹੀਦ ਮੰਨਦੇ ਹਾਂ ਆਪਣਾ ਆਈਡਲ ਮੰਨਦੇ ਹਾਂ ਗੱਲ ਇਹ ਸੀ ਕਿ ਉਹਨਾਂ ਨੇ ਹੱਕ ਲੈਣ ਲਈ ਚੰਗੇ ਕੰਮ ਲਈ ਹਥਿਆਰ ਚੱਕਿਆ ਸੀ ਸੋ ਹਥਿਆਰ ਰੱਖਣਾ ਜਾਂ ਚੱਕਣਾ ਜਾਂ ਚਲਾਉਣਾ ਮਾੜਾ ਨਹੀਂ ਪਰ ਉਹਦੇ ਪਿੱਛੇ ਦਾ ਪਰਪਜ਼ ਕੀ ਹੈ ਆਪਣੀ ਸਹੇਲੀ ਨੂੰ ਘਰੋਂ ਕੱਢਣ ਲਈ ਜੇ ਤੁਸੀਂ ਹਥਿਆਰ ਚਲਾ ਰਹੇ ਹੋ ਤੁਸੀਂ ਮਾੜੇ ਹੋ ਉਹਦਾ ਪਰਪਜ਼ ਕੀ ਹੈ ਗੱਲ ਗੱਲ ਅਸੀਂ ਵੀ ਗੀਤ ਕਰਾਂਗੇ ਇੱਦਾਂ ਦੇ ਪਰ ਉਸ ਗੀਤ 'ਚ ਵੀ ਕੋਈ ਨਾ ਕੋਈ ਮੈਸੇਜ ਹੋਊਗਾ ਉਸ ਗੀਤ 'ਚ ਵੀ ਕੋਈ ਬੰਦਿਆਂ ਵਾਲੀ ਗੱਲ ਹੋਊਗੀ ਬਿਲਕੁਲ ਜੀ ਕਿਆ ਬਾਤ ਹੈ ਅਤੇ ਹੁਣ ਜੋਰ ਜੱਟ ਦਾ ਅਗਲਾ ਪੈਰਾ ਸੁਣ ਲਈਏ ਕਿਉਂਕਿ ਅਸੀਂ ਮੈਂ ਇਕੱਲਾ ਸੂਟ ਤਾਂ ਨਹੀਂ ਲੈਣਾ ਟਿੱਕੇ ਵੀ ਹੀ ਦਵਾਉਣੇ ਕੁੜੀਆਂ ਨੂੰ ਨਾਲ ਹੀ ਕਾਂਟੇ ਵੀ ਦਵਾਉਣੇ ਆ ਜੀ ਬਿਲਕੁਲ ਜੀ ਆਪਾਂ ਗਹਿਣੇ ਦੀ ਗੱਲ ਖਤਮ ਕਰਦੇ ਸਾਨੂੰ ਮੁੱਲ ਹੀ ਕੋਈ ਨਹੀਂ ਕਹਿੰਦਾ ਅਸੀਂ ਉਹ ਭਾਜੀ ਨੇ ਨਾ ਭਾਜੀ ਨੇ ਕਹਿ ਲਓ ਵੀ ਇੱਕ ਇਹ ਬਹੁਤ ਵਧੀਆ ਆਖਰੀ ਅੰਤਰ ਲਿਖਤਾ ਵੀ ਭਾਈ ਜਿਹੜਾ ਹਸਬੈਂਡ ਆ ਨਾ ਉਹਦੇ ਹੱਕ ਦੀ ਗੱਲ ਵੀ ਲਿਖਤੀ ਕਿਉਂਕਿ ਭਾਜੀ ਆਪ ਇੱਕ ਮਰਦ ਨੇ ਸੋ ਉਹਨਾਂ ਨੂੰ ਵੀ ਪਤਾ ਵੀ ਭਾਈ ਜੇ ਮੈਂ ਗਾਣਾ ਸਾਰੇ ਗਹਿਣੇ 'ਤੇ ਲਿਖਤਾ ਤਾਂ ਮੇਰੀ ਘਰ ਵਾਲੀ ਨੇ ਮੈਨੂੰ ਤੰਗ ਕਰ ਲੈਣਾ ਇਸ ਕਰਕੇ ਉਹਨਾਂ ਆਪਣਾ ਬਚਾਓ ਪਹਿਲਾਂ ਹੀ ਕਰ ਲਿਆ ਜੀ ਤੇਰੇ ਮੂਹਰੇ ਗਹਿਣਿਆਂ ਦਾ ਮੁੱਲ ਕੋਈ ਨਾ ਵੇ ਚੰਨਾ ਤੇਰੇ ਮੂਹਰੇ ਗਹਿਣਿਆਂ ਦਾ ਮੁੱਲ ਕੋਈ ਨਾ ਤੇਰੀ ਜਿੰਦਨਾ ਸੋਹਣੀ ਟੰਗਾ ਰੱਬ ਤੋਂ ਇੱਕੋ ਮੰਨਤ ਮੰਗਾ ਰਹਿਣ ਸਲਾਮਤ ਮੇਰੀਆਂ ਮੰਗਾ ਤੈਥੋਂ ਕੀ ਸੁਖਪਾਲ ਹੈ ਚੰਗਾ ਕਰਦੇ ਨੀ ਮਾਪ ਜੇ ਕੋਈ ਹੋਈ ਭੁੱਲ ਤਾਂ ਤੇਰੇ ਮੂਹਰੇ ਗਹਿਣਿਆਂ ਦਾ ਮੁੱਲ ਕੋਈ ਨਾ ਵੇ ਚੰਨਾ ਤੇਰੇ ਮੂਹਰੇ ਗਹਿਣਿਆਂ ਦਾ ਮੁੱਲ ਕੋਈ ਨਾ ਬਿਲਕੁਲ ਹੁਣ ਇਸ ਗਾਣੇ ਤੋਂ ਬਾਅਦ ਤਾਂ ਮੈਂ ਕਹਿੰਦੀ ਬਹੁਤ ਸਾਰੀਆਂ ਕੁੜੀਆਂ ਦੀਆਂ ਡਿਮਾਂਡਾਂ ਬੜੀਆਂ ਵੱਧ ਜਾਣੀਆਂ ਨੇ ਕਿਉਂਕਿ ਜਿਹੜੀ ਜੇਕਰ ਕੋਈ ਭੈਣ ਹੋਏਗੀ ਤਾਂ ਕੁਆਰੀ ਕੁੜੀ ਹੋਏਗੀ ਆਪਣੇ ਭਰਾ ਨੂੰ ਕਹੂਗੀ ਵੀਰੇ ਹੁਣ ਤੂੰ ਸੂਟ ਮੈਨੂੰ ਲੈ ਕੇ ਦੇ ਤੇਰਾ ਫਲਾਣਾ ਕੰਮ ਤਾਂ ਕਰੂੰਗੀ ਤੇ ਜੇਕਰ ਕੋਈ ਵਿਆਹੀ ਹੋਏਗੀ ਤਾਂ ਆਪਣੇ ਘਰ ਵਾਲੇ ਕਹੂਗੀ ਹੁਣ ਤਾਂ ਜੀ ਸੂਟ ਗਾਣੇ ਵੀ ਆ ਗਿਆ ਤਾਂ ਸੂਟ ਵੀ ਮਿਲੂ ਕਿਉਂਕਿ ਨਾ ਅਕਸਰ ਜਿਹੜੇ ਵੀ ਨੌਜਵਾਨ ਵਰਗੇ ਸਾਡੇ ਕਲਾਕਾਰਾਂ ਨੂੰ ਬਹੁਤ ਫੋਲੋ ਕਰਦੇ ਆ ਜਿਸ ਤਰ੍ਹਾਂ ਦਾ ਉਹ ਪਹਿਰਾਵਾ ਪਾਉਂਦੇ ਅਕਸਰ ਮੁੰਡਿਆਂ ਦੇ ਦੇਖ ਲਈ ਕਟੀਆਂ ਫਟੀਆਂ ਪੈਂਟਾਂ ਹੁੰਦੀਆਂ ਜੇ ਗਾਣੇ 'ਚ ਆ ਗਿਆ ਤਾਂ ਅਗਲੇ ਦਿਨ ਮਾਰਕੀਟ 'ਚ ਵੀ ਉਹ ਚੀਜ਼ਾਂ ਆਈਆਂ ਹੁੰਦੀਆਂ ਨੇ ਅਸੀਂ ਲੈਂਦੇ ਖਰੀਦਦੇ ਹਾਂ ਕਿ ਹਾਂ ਕਿ ਹੁਣ ਇਹ ਟ੍ਰੈਂਡ ਚੱਲ ਪਿਆ ਹੁਣ ਤੁਸੀਂ ਜੋਰ ਜੱਟ ਦੀ ਗੱਲ ਕੀਤੀ ਤੇ ਮੈਂ ਕਹਿ ਰਹੀ ਹਾਂ ਹੁਣ ਤਾਂ ਸੂਟਾਂ ਦੀਆਂ ਵੀਡੀਓ ਤੇ ਮੈਂ ਕਹਿੰਦੀ ਦੁਕਾਨਾਂ ਤੇ ਰੌਣਕਾਂ ਵੀ ਬੜੀਆਂ ਲੱਗ ਜਾਣੀਆਂ ਦੁਕਾਨਦਾਰਾਂ ਨੂੰ ਤੁਹਾਡੇ ਗਾਣੇ ਨਾਲ ਫਾਇਦਾ ਬੜਾ ਹੋਣਾ ਬਿਲਕੁਲ ਜੀ ਬਿਲਕੁਲ ਤੇ ਹੋਣਾ ਚਾਹੀਦਾ ਜੀ ਲੋਕਡਾਊਨ ਤੋਂ ਬਾਅਦ ਕੰਮ ਕਹਿ ਲਓ ਵੀ ਠੰਡਾ ਹੀ ਚੱਲ ਰਿਹਾ ਜੇ ਫਾਇਦਾ ਹੋ ਜਾਏ ਤਾਂ ਉਹ ਸਾਨੂੰ ਅਸੀਸਾਂ ਦੇਣਗੇ ਦੁਆਵਾਂ ਤੋਂ ਵੱਡੀ ਚੀਜ਼ ਹੀ ਕੀ ਆ ਮੇਰੇ ਕੋਲ ਫੋਨ ਆਇਆ ਇੱਕ ਸਵੇਰੇ ਸਵੇਰੇ ਮੈਂ ਉੱਠਿਆ ਤੇ ਮੇਰੇ ਕੋਲ ਫੋਨ ਆਇਆ ਤੇ ਮੈਨੂੰ ਕਹਿੰਦੇ ਤੁਸੀਂ ਤਾਂ ਕਹਿੰਦੇ ਬਹੁਤ ਕੰਮ ਖਰਾਬ ਕਰਤਾ ਗੀਤ ਗਾ ਕੇ ਬੜਾ ਹੱਸ ਰਹੇ ਸੀ ਉਹ ਮੈਂ ਕਿਹਾ ਕੀ ਹੋ ਗਿਆ ਨਾ ਮੈਂ ਇੱਕ ਵਾਰ ਡਰਿਆ ਕਹਿੰਦੇ ਗੱਲ ਇਹ ਕਰਤਾ ਕਹਿੰਦੇ ਸਾਡੀਆਂ ਮੇਰੇ ਘਰ ਵਾਲੇ ਤਾਂ ਕਹਿੰਦੇ ਪਹਿਲੇ ਨਹੀਂ ਮਾਣ ਸੀ ਹੁਣ ਤੁਸੀਂ ਕਹਿੰਦੇ ਜੋਰ ਜੱਟ ਯਾਦ ਕਰਾਤਾ ਕਹਿੰਦੇ ਜਦੋਂ ਦਾ ਗੀਤ ਸੁਣਿਆ ਉਦੋਂ ਦੀ ਕਹੀ ਜਾਂਦੇ ਵੀ ਹੁਣ ਮੈਂ ਸੂਟ ਜੋਰ ਜੱਟ ਦਾ ਹੀ ਲੈ ਤੇ ਕਹਿੰਦਾ ਵੀ ਮੈਂ ਆਖਿਆ ਵੀ ਪਹਿਲਾਂ ਕਹਿੰਦੇ ਪਾਲ ਸਿੰਘ ਸਮਾਉ ਨੂੰ ਫੋਨ ਕਰਕੇ ਕਹਾਂ ਵੀ ਤੁਸੀਂ ਤਾਂ ਸਾਨੂੰ ਸਾਡੇ ਘਰ ਵਾਲੀਆਂ ਦੇ ਹੱਕ 'ਚ ਤੁਸੀਂ ਬੋਲ ਪਏ ਤੇ ਕਹਿੰਦਾ ਮੈਨੂੰ ਲੱਗਦਾ ਵੀ ਇਹੀ ਜੀ ਕੋਈ ਪਤਨੀ ਨਹੀਂ ਹੋਊਗੀ ਜਿਹੜੀ ਇਹ ਡਿਮਾਂਡ ਨਹੀਂ ਕਰੂਗੀ ਕਹਿੰਦੇ ਰੌਲਾ ਰੱਪਾ ਖੂਬ ਪਾਤਾ ਤੁਸੀਂ ਨੇ ਤਾਂ ਸਾਨੂੰ ਪੰਗਾ ਪੈ ਗਿਆ ਵੀ ਜੇ ਜੋਰ ਜੱਟ ਮਿਲ ਜੇ ਤਾਂ ਜ਼ਿਆਦਾ ਅੱਛਾ ਕਿਤੇ ਨਾ ਹੋਵੇ ਕਹਿੰਦੇ ਸਾਨੂੰ ਕਿਤੇ ਹੋਰ ਜਾਣਾ ਪੈ ਜਾ ਬਿਲਕੁਲ ਮੈਂ ਜਦੋਂ ਪਹਿਲਾਂ ਇੰਟਰਵਿਊ ਸ਼ੁਰੂਆਤ ਕੀਤੀ ਨਾ ਬਾਕੀ ਕੁੜੀਆਂ ਜਿਹੜੀਆਂ ਸਿਲਕ ਦੇ ਸੂਟ ਜਾਂ ਘੁੰਗਰਾਂ ਵਾਲੀਆਂ ਜੁੱਤੀਆਂ ਹੋ ਗਈਆਂ ਜਾਂ ਫਿਰ ਜੋਰ ਜੱਟ ਦੇ ਹੁਣ ਸੂਟ ਤੁਸੀਂ ਇਹ ਵੱਖਰਾ ਪੰਗਾ ਖੜਾ ਕਰਤਾ ਘਰ ਵਾਲਿਆਂ ਦੇ ਲਈ ਪਰ ਅਸੀਂ ਕਹਿੰਦੇ ਵੀ ਜੇ ਸਾਡੇ ਇਸ ਗਾਣੇ ਨਾਲ ਜੋ ਸੂਟਾਂ ਨਾਲ ਜੁੜਦੀਆਂ ਨੇ ਕੁੜੀਆਂ ਤੇ ਇਸ ਤੋਂ ਵੱਡੀ ਮੈਨੂੰ ਲੱਗਦਾ ਕੋਈ ਗੱਲ ਨਹੀਂ ਹੋਊਗੀ ਸੋ ਸਾਡੀ ਕੋਸ਼ਿਸ਼ ਹੈ ਜੀ ਇਹ ਚੀਜ਼ਾਂ ਦੀ ਬਿਲਕੁਲ ਜੀ ਤੁਸੀਂ ਇੱਥੇ ਆਏ ਹੋ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕੀਤੀਆਂ ਸੂਟ ਨੂੰ ਲੈ ਕੇ ਵੀ ਗਾਣੇ ਨੂੰ ਲੈ ਕੇ ਵੀ ਅਗਲੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵੀ ਤੁਸੀਂ ਦੱਸਿਆ ਤੇ ਅਸੀਂ ਕਹਾਂਗੇ ਕਿ ਖੂਬ ਤਰੱਕੀਆਂ ਕਰੋ
इस तरह लगातार पंजाबी मां बोली दी ते पंजाबी दी जिहड़ी सेवा तुसीं इस तरह लगातार करदे हो ते इस तरह असीं तुहानूं मनमोही प्यार दिंदे रहिए ते डेली पोस्ट असीं बुलाते रहिए। बहुत 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 धन्यवाद जी, शुक्रिया जी। बिल्कुल जी, सन साडे नाल पाल सिंह समाओ होनी ते नाल सन प्रतीक मानजो। इन्हां जिहड़ा गाणा आया ते नाल नाल कुड़ियां नूं स्पैशली कि जेकर तुसीं वीडियो बणाओगियां इन्हां नूं भेजोगियां, 3 दिन दा समां तुहाडे कोल है ते जॉर्ज जट दा सूट लै सकदे हो, पर जॉर्ज जट दा सूट वी लैणा ते नाल नाल गाणे नूं प्रमोट वी करना है, चंगीआं चीज़ां ਨੂੰ ਪ੍ਰਮੋਟ ਤੁਸੀਂ ਕਰਨਾ ਹੈ ਅਤੇ ਨਾਲ ਦੇ ਨਾਲ ਤੁਹਾਨੂੰ ਸੂਟ ਜਿਹੜੇ ਘਰ ਦੇ ਵਿੱਚ ਆਉਂਦੇ ਰਹਿਣਗੇ ਅਤੇ ਫ੍ਰੀ ਦਾ ਸੂਟ ਮਿਲ ਰਿਹਾ, ਕੀ ਕਰਦੇ ਪਏ ਹੋ? ਵੀਡੀਓ ਸ਼ੇਅਰ ਕਰੋ ਅਤੇ ਨਾਲ ਦੇ ਨਾਲ ਸਾਡੀ ਇੰਟਰਵਿਊ ਵੀ ਸ਼ੇਅਰ ਕਰੋ। ਚਲੋ ਜੀ, ਫਿਰ ਕਿਸੇ ਹੋਰ ਕਲਾਕਾਰ ਦੇ ਨਾਲ, ਫਨਕਾਰ ਦੇ ਨਾਲ ਮੁਲਾਕਾਤ ਕਰਵਾਉਣ ਲਈ ਹਾਜ਼ਰ ਜ਼ਰੂਰ ਹੋਵਾਂਗੇ, ਪਰ ਹੁਣ ਤੁਹਾਡੇ ਤੋਂ ਅਸੀਂ ਲਵਾਂਗੇ ਆਗਿਆ। ਸਤਿ ਸ਼੍ਰੀ ਅਕਾਲ।